ਹੈਲੋ ਐਂਡ ਵੈਲਕਮ ਟੂ ਅਰੇਸ ਅਕੈਡਮੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪੋਲੀਟੀ ਦੇ ਆਪਾਂ 100 ਕੁਸ਼ਚਨ ਕਰਨ ਜਾ ਰਹੇ ਹਾਂ, ਬਹੁਤ ਹੀ ਵਧੀਆ ਢੰਗ ਦੇ ਨਾਲ। ਵਨ ਲੈਕਚਰ ਯਾਨੀ ਕਿ ਇੱਕੋ ਲੈਕਚਰ ਦੇ ਵਿੱਚ ਤੁਹਾਨੂੰ 100 ਕੁਸ਼ਚਨ ਮਿਲਣਗੇ। ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀ ਕਿ 5 ਦਿਨ ਅਤੇ 5 ਦਿਨਾਂ ਦਾ ਆਪਾਂ ਟਾਰਗੇਟ ਲੈ ਕੇ ਚੱਲੇ ਹਾਂ, ਅਤੇ ਉਸੇ ਤਰੀਕੇ ਦੇ ਨਾਲ ਤੁਹਾਨੂੰ 100 ਕੁਸ਼ਚਨ ਕਰਵਾਉਣ ਜਾ ਰਿਹਾ ਹੈਗਾ। ਕੱਲ੍ਹ ਨੂੰ ਹੋਣਗੇ ਕਰੰਟ ਅਫੇਅਰਸ ਦੇ 100 ਕੁਸ਼ਚਨ, ਬਹੁਤ ਵਧੀਆ ਢੰਗ ਦੇ ਨਾਲ। PDF ਜੇਕਰ ਤੁਹਾਨੂੰ ਚਾਹੀਦੀ ਹੈ ਤਾਂ ਤੁਸੀਂ ਵੈਬਸਾਈਟ ਜੁਆਇਨ ਕਰ ਸਕਦੇ ਹੋ। ਵੈਬਸਾਈਟ ਦਾ ਲਿੰਕ ਆ ਜਿਹੜਾ ਤੁਹਾਨੂੰ ਇੱਥੇ ਦਿੱਤਾ ਵੀ ਹੋਇਆ, ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜੂਗਾ। ਕਲਿੱਕ ਕਰਕੇ ਵੈਬਸਾਈਟ 'ਤੇ ਜਾ ਕੇ ਤੁਹਾਨੂੰ PDF ਮਿਲ ਜਾਵੇਗੀ। ਸੋ ਬਾਕੀ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲਓ। ਜਿਹੜਾ ਵੀ ਟੈਲੀਗ੍ਰਾਮ ਗਰੁੱਪ ਜੁਆਇਨ ਕਰੂਗਾ ਉਹਨੂੰ ਵੀਡੀਓਜ਼ ਦੀ ਅਪਡੇਟ ਵਗੈਰਾ ਟਾਈਮ ਟੂ ਟਾਈਮ ਮਿਲਦੀ ਰਹੂਗੀ। ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਬਾਕੀ ਵੈਬਸਾਈਟ 'ਤੇ ਵੀ ਸਾਰੇ ਲਿੰਕ ਹੈਗੇ ਆ। ਸੋ ਚਲੋ ਆਪਾਂ ਕਰਦੇ ਹਾਂ ਸਟਾਰਟ। ਸੋ ਪਹਿਲਾ ਕੁਸ਼ਚਨ ਕੀ ਆ ਜੀ, ਇਨ ਵਿਚ ਈਅਰ ਵਾਜ਼ ਇੰਡੀਅਨ ਸਟੇਟਸ ਰੀਔਰਗੇਨਾਈਜ਼ਡ ਔਨ ਦਾ ਲਿੰਗੁਇਸਟਿਕ ਬੇਸਿਸ। ਤਾਂ ਲਿੰਗੁਇਸਟਿਕ ਬੇਸਿਸ 'ਤੇ ਪਹਿਲੀ ਵਾਰ ਇਹ ਜਦੋਂ ਕੀਤਾ ਗਿਆ ਸੀਗਾ ਤਾਂ ਕਦੋਂ ਕੀਤਾ ਗਿਆ ਸੀ, ਜਿਹਨੂੰ ਆਪਾਂ ਸਟੇਟ ਰੀਔਰਗੇਨਾਈਜ ਐਕਟ ਵੀ ਕਹਿੰਦੇ ਹਾਂ, ਤਾਂ ਇਹ 1956। ਸੋ ਇਹਦਾ ਜਿਹੜਾ ਆਂਸਰ ਆਜੂਗਾ ਉਹ ਆਜੂਗਾ 1956। ਇਸ ਤੋਂ ਬਾਅਦ ਨੈਕਸਟ ਕੁਸ਼ਚਨ ਹੈਗਾ ਜੀ, ਹਾਊ ਮੈਨੀ ਟਾਈਪਸ ਆਫ ਐਮਰਜੈਂਸੀ। ਆਪਾਂ ਨੂੰ ਕਿੰਨੀਆਂ ਐਮਰਜੈਂਸੀ ਦਿੱਤੀਆਂ ਹੋਈਆਂ? 3 ਦਿੱਤੀਆਂ ਹੋਈਆਂ। ਮੈਂ ਕਾਹਲੀ ਕਾਹਲੀ ਬੋਲੂੰਗਾ, ਥੋੜ੍ਹਾ ਜਿਹਾ ਇਹਨੂੰ ਸਲੋ ਕਰ ਲਓ ਜੀ, ਆਪਣੇ ਸੁਵਿਧਾ ਮੁਤਾਬਕ ਕਰਨਾ ਗਾ, ਬਾਕੀ ਤੁਹਾਡੀ ਰਿਵੀਜ਼ਨ ਹੈ। ਤਾਂ 3 ਹੋਣਗੀਆਂ, ਤਾਂ 3 ਆ ਜਿਹੜੀਆਂ, 352 ਆਰਟੀਕਲ, 356 ਅਤੇ 360 ਆਰਟੀਕਲ ਹੈ। 352 ਦੇ ਵਿੱਚ ਨੈਸ਼ਨਲ ਐਮਰਜੈਂਸੀ, 356 ਦੇ ਵਿੱਚ ਸਟੇਟ ਐਮਰਜੈਂਸੀ, ਐਂਡ 360 ਦੇ ਵਿੱਚ ਫਾਈਨਾਂਸ ਐਮਰਜੈਂਸੀ, ਜਿਹੜੀ ਕਿ ਅੱਜ ਤੱਕ ਨਹੀਂ ਲੱਗੀ। ਇਸ ਤੋਂ ਬਾਅਦ ਆ ਗਿਆ, ਹੂ ਵਾਜ਼ ਦਾ ਕੋਨਸਟੀਟਿਊਸ਼ਨਲ ਐਡਵਾਈਜ਼ਰ, ਕੌਣ ਹੋਊਗਾ ਟੂ ਦਾ ਕੋਨਸਟੀਟਿਊਟ ਅਸੈਂਬਲੀ ਆਫ ਦਾ ਇੰਡੀਆ। ਸੋ ਕੌਣ ਹੋਊਗਾ ਜਿਹੜਾ ਇਹਦਾ ਮਤਲਬ ਐਡਵਾਈਜ਼ਰ, ਕੌਣ ਸੀਗਾ ਕੋਨਸਟੀਟਿਊਸ਼ਨਲ ਐਡਵਾਈਜ਼ਰ? ਸੋ ਇਹਦਾ ਜਿਹੜਾ ਆਂਸਰ ਆਜੂਗਾ ਜੀ, BN ਰਾਓ ਆਜੂਗਾ। ਰੈ ਤੋਂ ਯਾਦ ਕਰ ਲਓ ਐਡਵਾਈਜ਼ਰ, ਰੈ ਦੇਣਾ, ਠੀਕ ਹੈ। ਇਸ ਤੋਂ ਬਾਅਦ ਆ ਗਿਆ, ਪਹਿਲਾ ਐਕਟ ਆਫ ਬ੍ਰਿਟਿਸ਼ ਰੂਲ ਦਾ ਕਿਹੜਾ ਸੀਗਾ, ਜਿਹਦੇ ਰਾਹੀਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਗੁੱਡ ਗਵਰਨਮੈਂਟ ਲੈ ਕੇ ਆਵਾਂਗੇ? ਤਾਂ ਤੁਹਾਨੂੰ ਯਾਦ ਹੋਊਗਾ 1857 ਦਾ ਵਿਦਰੋਹ ਹੋਇਆ ਸੀ, ਉਸ ਤੋਂ ਬਾਅਦ ਇਹਨਾਂ ਨੇ ਫਿਰ ਵਾਇਸਰਾਏ ਅਪੁਆਇੰਟ ਕਰਤਾ ਸੀ। ਹੈਗਾ ਕੰਮ ਉਹੀ ਸੀਗਾ, ਬਸ ਇੱਕ ਚੇਂਜ ਕੀਤੀ ਸੀ ਫੋਰਮ। ਤਾਂ 1858 ਨੂੰ ਇਹਨਾਂ ਨੇ ਗਵਰਨਮੈਂਟ ਯਾਨੀ ਕਿ ਗੁੱਡ ਗਵਰਨੈਂਸ ਦਾ ਨਾਮ ਦਿੱਤਾ, ਯਾਨੀ ਕਿ ਅਸੀਂ ਨਵੀਂ ਵਧੀਆ ਗਵਰਨਮੈਂਟ ਲੈ ਕੇ ਆਵਾਂਗੇ। ਤਾਂ ਗਵਰਨਮੈਂਟ ਆਫ ਇੰਡੀਆ ਐਕਟ 1858 ਇਹਦਾ ਆਂਸਰ ਆਊਗਾ। ਇਸ ਤੋਂ ਬਾਅਦ ਆ ਗਿਆ, DPSP ਯਾਨੀ ਕਿ ਡਾਇਰੈਕਟਰ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਆਫ ਦਾ ਇੰਡੀਅਨ ਕੋਨਸਟੀਟਿਊਸ਼ਨ, ਕਿੱਥੋਂ ਆਪਾਂ ਅਡੋਪਟ ਕੀਤਾ ਗਾ? ਤੁਹਾਨੂੰ ਪਤਾ ਆਪਾਂ ਆਇਰਲੈਂਡ ਤੋਂ ਅਡੋਪਟ ਕੀਤਾ, ਤਾਂ ਜੇਕਰ ਆਇਰਲੈਂਡ ਨੇ ਵੀ ਆਪਾਂ ਗਾਹਾਂ ਗੱਲ ਕਰੀਏ ਤਾਂ ਉੱਥੋਂ ਆਇਆ ਸਪੇਨ ਤੋਂ, ਠੀਕ ਹੈ। ਸੋ ਆਇਰਲੈਂਡ ਸਪੇਨ ਦਾ ਆਂਸਰ ਆ ਜਾਵੇਗਾ, ਯਾਨੀ ਕਿ ਸੈਕੰਡ ਆਪਸ਼ਨ ਇਹਦਾ ਰਾਈਟ ਬਣਦਾ ਗਾ। ਇਸ ਤੋਂ ਬਾਅਦ ਆ ਗਿਆ, ਡਿਵੀਜ਼ਨ ਆਫ ਪਾਵਰਸ ਜਾਂ ਇੰਡੀਪੈਂਡੈਂਟ ਜੁਡੀਸ਼ਰੀ ਆਪਾਂ ਜਿਹੜੀ ਕਹਿੰਦੇ ਹਾਂ, ਉਹ ਕਾਹਦੇ ਫੀਚਰਸ ਹੈ, ਜਿਹੜੇ ਇਹ ਦੋਨੇ ਫੀਚਰ ਹੈ? ਤਾਂ ਉਹ ਇੱਕ ਤਰ੍ਹਾਂ ਨਾਲ ਫੈਡਰਲ ਫੋਰਮ ਨੂੰ ਦਰਸਾਉਂਦੇ ਆ, ਫੈਡਰਲ ਫੋਰਮ ਆਫ ਗਵਰਨਮੈਂਟ, ਜਿਹਦੇ ਵਿੱਚ ਆਪਾਂ ਕਹਿੰਦੇ ਹਾਂ ਵੀ ਪਾਵਰਾਂ ਜਿਹੜੀਆਂ ਉਹ ਡਿਵਾਈਡ ਕੀਤੀਆਂ ਹੋਈਆਂ ਗੀਆਂ, ਅਤੇ ਆਪਣੀ ਜੁਡੀਸ਼ਰੀ ਜਿਹੜੀ ਉਹ ਇੰਡੀਪੈਂਡੈਂਟ ਆ। ਇਸ ਤੋਂ ਬਾਅਦ ਕਹਿੰਦੇ ਹਾਂ ਆਪਾਂ ਵੀ, ਕਿਹਨੇ ਪ੍ਰਪੋਜ਼ ਕੀਤਾ ਪ੍ਰੀਐਂਬਲ ਬਿਫੋਰ ਦਾ ਡਰਾਫਟਿੰਗ ਕਮੇਟੀ ਆਫ ਦਾ ਕੋਨਸਟੀਟਿਊਸ਼ਨ? ਤਾਂ ਇਹ ਕਿਹਨੇ ਕੀਤਾ ਸੀਗਾ ਪ੍ਰੀਐਂਬਲ, ਜਿਹੜਾ ਇੰਟਰੋਡਿਊਸ ਕੀਤਾ ਸੀਗਾ ਜਾਂ ਪ੍ਰਪੋਜ਼ ਕੀਤਾ ਸੀਗਾ? ਬੇਸਿਕਲੀ ਉਹ ਕੀਤਾ ਸੀ ਜਵਾਹਰ ਲਾਲ ਨਹਿਰੂ ਨੇ, ਯਾਨੀ ਕਿ ਜਿਹੜੇ ਆਪਣੇ ਪਹਿਲੇ ਪ੍ਰਾਈਮ ਮਿਨਿਸਟਰ ਆਫ ਇੰਡੀਆ, ਠੀਕ ਹੈ। ਇਸ ਤੋਂ ਬਾਅਦ ਆ ਗਿਆ ਜੀ, ਵਿਚ ਆਫ ਦਾ ਫੋਲੋਇੰਗ ਆਰ ਅਸੈਂਸ਼ੀਅਲਸ ਆਫ ਫੋਰ ਡੈਮੋਕਰੇਟਿਕ ਸਿਸਟਮ? ਤਾਂ ਡੈਮੋਕਰੇਟਿਕ ਸਿਸਟਮ ਵਾਸਤੇ ਇਹਨਾਂ ਵਿੱਚੋਂ ਕਿਹੜੀਆਂ ਚੀਜ਼ਾਂ ਇੰਪੋਰਟੈਂਟ ਆ? ਜਿਵੇਂ ਆਪਣੇ ਇੰਡੀਆ ਦੇ ਵਿੱਚ ਡੈਮੋਕਰੇਸੀ ਆ, ਫਰੀ ਐਂਡ ਫੇਅਰ ਇਲੈਕਸ਼ਨਸ ਹੋਣੇ ਚਾਹੀਦੀਆਂ, ਰਾਈਟ ਆ ਇਕੁਐਲਿਟੀ ਆਫ ਓਪਰਚੁਨਿਟੀ ਹੋਣੀ ਚਾਹੀਦੀ ਹੈ, ਪ੍ਰੋਟੈਕਸ਼ਨ ਆਫ ਰਾਈਟਸ ਹੋਣੇ ਚਾਹੀਦੇ। ਸੋ ਆਲ ਆਫ ਦੀਜ਼ ਆਂਸਰ ਆ ਜਾਵੇਗਾ। ਇਸ ਤੋਂ ਬਾਅਦ ਆ ਗਿਆ ਜੀ, ਪ੍ਰੀਐਂਬਲ ਆਫ ਦ ਇੰਡੀਅਨ ਕੋਨਸਟੀਟਿਊਸ਼ਨ, ਆਪਣਾ ਪਹਿਲੀ ਵਾਰ ਅਮੈਂਡਮੈਂਟ ਹੋਈ ਆ, ਹਾਲਾਂਕਿ ਇੱਕ ਵਾਰੀ ਹੋਈ ਆ, ਉਹ ਕਦੋਂ ਹੋਈ ਆ, ਕਿਹੜੀ ਅਮੈਂਡਮੈਂਟ ਸੀਗੀ ਉਹ? ਤਾਂ ਉਹ 42nd ਅਮੈਂਡਮੈਂਟ ਸੀਗੀ, ਜਿਹਨੂੰ ਆਪਾਂ ਕਹਿੰਦੇ ਹਾਂ ਮਿੰਨੀ ਕੋਨਸਟੀਟਿਊਸ਼ਨ। ਅਤੇ 1976 ਦੇ ਵਿੱਚ ਇਹ ਹੋਈ ਸੀ ਅਮੈਂਡਮੈਂਟ। ਸੋ ਇਹ ਬਹੁਤ ਇੰਪੋਰਟੈਂਟ ਕੁਸ਼ਚਨ ਹੈ। ਇਸ ਤੋਂ ਬਾਅਦ ਆ ਗਿਆ ਜੀ, ਕਲਰ ਆਪਣਾ ਧਰਮਾ ਚੱਕਰ ਆ, ਜਿਹੜਾ ਮਿਡਲ, ਜਿਹੜਾ ਆਪਣਾ ਨੈਸ਼ਨਲ ਫਲੈਗ ਆ, ਯਾਨੀ ਕਿ ਉਹਦੇ ਜਿਹੜਾ ਕਲਰ ਹੈ ਉਹ ਮਿਡਲ ਦੇ ਵਿੱਚ ਕਿਹੜਾ ਗਾ? ਤਾਂ ਉਹਦਾ ਜਿਹੜਾ ਕਲਰ ਹੈਗਾ ਜੀ, ਉਹ ਹੈਗਾ ਨੇਵੀ ਬਲੂ। ਸੋ ਇਹਦਾ ਸੈਕੰਡ ਆਪਸ਼ਨ ਰਾਈਟ ਬਣਦਾ ਗਾ। ਇਸ ਤੋਂ ਬਾਅਦ ਆ ਗਿਆ ਜੀ, ਅਥੋਰਿਟੀ ਟੂ ਅਲਟਰ ਦਾ ਬਾਉਂਡਰੀਜ਼ ਆਫ ਸਟੇਟਸ ਇਨ ਇੰਡੀਆ ਰੈਸਟਸ ਵਿਦ ਦਾ। ਤਾਂ ਜਿਹੜੀਆਂ ਮਤਲਬ ਆਪਾਂ ਬਾਉਂਡਰੀਜ਼ ਵਗੈਰਾ ਅਲਟਰ ਕਰਦੇ ਹਾਂ ਸਟੇਟਸ ਵਗੈਰਾ ਦੀਆਂ, ਤਾਂ ਉਹਦੀ ਅਥੋਰਿਟੀ ਆ ਜਿਹੜੀ ਉਹ ਕਿਹਦੇ ਕੋਲ ਆ? ਤਾਂ ਉਹਦੀ ਅਥੋਰਿਟੀ ਆ ਜਿਹੜੀ ਉਹ ਕਿਹਦੇ ਕੋਲ ਆ? ਪਾਰਲੀਮੈਂਟ ਕੋਲ, ਠੀਕ ਹੈ। ਸੋ ਇਹ ਕਾਫੀ ਇੰਪੋਰਟੈਂਟ ਹੈ, ਯਾਦ ਰੱਖਣਾ। ਇਸ ਤੋਂ ਬਾਅਦ ਆ ਗਿਆ, ਦਾ ਆਈਡੀਆ ਆਫ ਲੋਕਪਾਲ ਇਜ਼ ਟੇਕਨ ਫਰੋਮ। ਆਈਡੀਆ ਜਿਹੜਾ ਹੈਗਾ ਲੋਕਪਾਲ ਦਾ, ਅਤੇ ਉਹ ਕਿਹਦੇ ਕੋਲ ਆ? ਇਹ ਜਿਹੜਾ ਮਤਲਬ ਆਪਾਂ ਕਿੱਥੋਂ ਲਿਆ ਹੈਗਾ, ਅਤੇ ਇਹਦਾ ਜਿਹੜਾ ਆਂਸਰ ਆਜੂਗਾ ਉਹ ਆਜੂਗਾ ਤੀਸਰਾ, ਸਕੈਂਡੇਵਿਨ ਕੰਟਰੀਜ਼, ਠੀਕ ਹੈ। ਸੋ ਇਹ ਇੰਪੋਰਟੈਂਟ ਹੈ। ਇਸ ਤੋਂ ਬਾਅਦ ਆ ਗਿਆ ਜੀ, ਵੇਅਰ ਇਜ਼ ਦਾ ਓਬਜੈਕਟਿਵ ਆਫ ਸੋਸ਼ਲ ਜਸਟਿਸ ਆਰਟੀਕੁਲੇਟਡ ਇਨ ਦਾ ਕੋਨਸਟੀਟਿਊਸ਼ਨ ਆਫ ਇੰਡੀਆ? ਤਾਂ ਇਹ ਸੋਸ਼ਲ ਜਸਟਿਸ ਆ, ਯਾਨੀ ਕਿ ਕਿਹੜੇ ਆਰਟੀਕਲ ਦੇ ਵਿੱਚ ਦਰਸਾਉਂਦਾ? ਆਪਾਂ ਗੱਲ ਕਰਦੇ ਹਾਂ ਜਸਟਿਸ ਦੀ, ਤਾਂ ਜਸਟਿਸ ਦੀ ਗੱਲ ਕਰਾਂਗੇ ਤਾਂ ਆਰਟੀਕਲ 15 ਦੇ ਵਿੱਚ ਆਊਗਾ ਸੋਸ਼ਲ ਜਸਟਿਸ ਦੀ, ਠੀਕ ਹੈ। ਤੁਸੀਂ ਆਰਟੀਕਲ 15 ਬਾਰੇ ਜਾਣੂ ਵੀ ਹੋਵੋਗੇ, ਮੈਂ ਪੜ੍ਹਾਇਆ ਵੀ ਹੋਇਆ। ਇਸ ਤੋਂ ਬਾਅਦ ਆ ਗਿਆ, ਕਿਹੜਾ ਸ਼ਡਿਊਲ ਹੈ ਆਫ ਦਾ ਕੋਨਸਟੀਟਿਊਸ਼ਨ ਡੀਲਸ ਵਿਦ ਦਾ ਡਿਸਕੁਆਲੀਫਿਕੇਸ਼ਨ, ਜਿਹਦੇ ਵਿੱਚ ਆਪਾਂ ਕਹਿੰਦੇ ਹਾਂ ਐਂਟੀ ਡਿਫੈਕਸ਼ਨ ਲਾਅ ਜਿਹਦੇ ਵਿੱਚ ਆ ਜਾਂਦਾ ਗਾ? ਤਾਂ ਉਹ ਕਿਹੜੇ ਸ਼ਡਿਊਲ ਦੇ ਵਿੱਚ ਆ ਜਾਂਦਾ ਗਾ? ਤਾਂ ਉਹ ਆ ਜਾਂਦਾ ਜੀ 10th ਸ਼ਡਿਊਲ ਦੇ ਵਿੱਚ ਆ ਜਾਂਦਾ ਗਾ, ਠੀਕ ਹੈ। ਸੋ ਇਹ ਕਾਫੀ ਇੰਪੋਰਟੈਂਟ ਆ। ਇਸ ਤੋਂ ਬਾਅਦ ਆ ਗਿਆ ਜੀ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਗਾਰਡ
ਇਸ ਤੋਂ ਬਾਅਦ ਆ ਗਿਆ ਜੀ ਵੈਨ ਵਰ ਦਾ ਫੰਡਾਮੈਂਟਲ ਡਿਊਟੀਜ਼ ਆ ਜਿਹੜੀਆਂ ਉਹ ਕਦੋਂ ਆਪਣੇ ਕੋਨਸਟੀਟਿਊਸ਼ਨ ਦੇ ਵਿੱਚ ਆਈਆਂ, ਤਾਂ ਤੁਹਾਨੂੰ ਪਤਾ ਫੰਡਾਮੈਂਟਲ ਡਿਊਟੀਜ਼ ਆ ਜਿਹੜੀਆਂ ਉਹ 1976 ਦੇ ਵਿੱਚ ਆਈਆਂ, ਯਾਨੀ ਕਿ 42nd ਅਮੈਂਡਮੈਂਟ, ਜਿਹਨੂੰ ਆਪਾਂ ਮਿੰਨੀ ਕੋਨਸਟੀਟਿਊਸ਼ਨ ਕਹਿੰਦੇ ਹਾਂ, ਫੰਡਾਮੈਂਟਲ ਡਿਊਟੀਜ਼। ਠੀਕ ਹੈ, ਸੋ ਫੰਡਾਮੈਂਟਲ ਡਿਊਟੀਜ਼ ਆਪਣੀ ਹੈ ਕਿੰਨੀਆਂ, 11 ਫੰਡਾਮੈਂਟਲ ਡਿਊਟੀਜ਼ ਆ। ਠੀਕ ਹੈ, ਇੱਕ ਵੈਲਫੇਅਰ ਸਟੇਟ ਵਾਸਤੇ ਬਣਾਉਣ ਵਾਸਤੇ ਇਹਦਾ ਪਰਪਸ ਸੀਗਾ। ਚਲੋ, ਲਿਸਟ ਆਫ ਫੰਡਾਮੈਂਟਲ ਡਿਊਟੀਜ਼ ਵਰ ਐਡਡ ਟੂ ਦ ਇੰਡੀਅਨ ਕੋਨਸਟੀਟਿਊਸ਼ਨ ਐਜ਼ ਪਾਰਟ, ਤਾਂ ਫੰਡਾਮੈਂਟਲ ਡਿਊਟੀਜ਼ ਆਪਣੇ ਕਿਹੜੇ ਪਾਰਟ ਦੇ ਵਿੱਚ ਆ ਜਾਂਦੀਆਂ? ਇਹ 4th A ਦੇ ਵਿੱਚ ਆ ਜਾਂਦੀ, ਯਾਨੀ ਕਿ ਪਾਰਟ 4 ਦੇ ਵਿੱਚ ਐਡ ਕੀਤੀਆਂ ਗਈਆਂ। ਸੋ ਇਹਦਾ ਆਂਸਰ ਆਜੂਗਾ ਜਿਹੜਾ 4 ਆਜੂਗਾ, ਕਿਉਂਕਿ 4 ਦੇ ਵਿੱਚ ਐਡ ਕਰਕੇ 4A ਪਾਰਟ ਇਹ ਬਣ ਚੁੱਕਿਆ ਹੈ, ਫੰਡਾਮੈਂਟਲ ਡਿਊਟੀਜ਼। ਇਸ ਤੋਂ ਬਾਅਦ ਆ ਗਿਆ ਜੀ ਅੰਡਰ ਦਾ ਡਾਇਰੈਕਟਰ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਕਿੰਨੀ ਏਜ ਤੱਕ ਜਿਹੜੀ ਚਿਲਡਰਨ ਨੂੰ ਮਤਲਬ ਜਿਹੜੀ ਫਰੀ ਐਜੂਕੇਸ਼ਨ ਕੰਪਲਸਰੀ ਹੈ? ਸੋ 14 ਏਜ ਤੱਕ। ਠੀਕ ਹੈ, ਸੋ ਸੈਕੰਡ ਆਪਸ਼ਨ ਦਾ ਰਾਈਟ ਬਣਦਾ ਹੈਗਾ, ਸੋ ਇੰਪੋਰਟੈਂਟ ਹੈ। ਇਸ ਤੋਂ ਬਾਅਦ ਕਿਹਾ ਵੀ ਹਾਓ ਮੈਨੀ ਮੈਂਬਰਸ ਕੈਨ ਬੀ ਨੋਮੀਨੇਟਡ ਦੋਨਾਂ ਹਾਊਸਿਸ ਦੇ ਵਿੱਚ, ਪਾਰਲੀਮੈਂਟ ਪ੍ਰੈਜੀਡੈਂਟ ਕਿੰਨੇ ਨੋਮੀਨੇਟ ਕਰਦਾ ਹੈਗਾ? ਤੁਹਾਨੂੰ ਪਤਾ ਕਿ ਰਾਜ ਸਭਾ ਦੇ ਵਿੱਚ 2 ਕਰਦਾ ਅਤੇ ਲੋਕ ਸਭਾ ਦੇ ਵਿੱਚ 12 ਕਰਦਾ, ਯਾਨੀ ਕਿ ਟੋਟਲ ਕਿੰਨੇ ਹੋ ਗਏ? 14 ਨੋਮੀਨੇਟ ਕਰਦਾ ਹੈਗਾ ਪ੍ਰੈਜੀਡੈਂਟ। ਇਸ ਤੋਂ ਬਾਅਦ ਆ ਗਿਆ ਜੀ ਸਵਿਸ ਪ੍ਰੈਜੀਡੈਂਟ ਦੀ ਜਿਹੜੀ ਟਾਈਮ ਹੈ, ਯਾਨੀ ਕਿ ਟੈਨਿਊਰ ਆ, ਉਹ ਕਿੰਨੇ ਸਾਲ ਦਾ ਹੁੰਦਾ ਹੈਗਾ? ਉਹ 1 ਸਾਲ ਦਾ ਹੁੰਦਾ ਸਿਰਫ। ਇਸ ਤੋਂ ਬਾਅਦ ਆ ਗਿਆ ਰੈਜੀਡਰੀ ਪਾਵਰਸ ਆ ਜਿਹੜੀਆਂ ਉਹ ਆਰ ਵੈਸਟਡ ਵੇ, ਤਾਂ ਰੈਜੀਡਰੀ ਪਾਵਰਸ ਬੇਸਿਕਲੀ ਕੀ ਹੁੰਦੀ ਹੈ? ਜਿਹੜੀਆਂ ਕਿ ਕਿਸੇ ਵੀ ਲਿਸਟ ਦੇ ਵਿੱਚ ਨਹੀਂ ਆਉਂਦੀਆਂ, ਯੂਨੀਅਨ, ਆਪਾਂ ਲਿਸਟ ਬਾਰੇ ਪੜ੍ਹਦੇ ਹਾਂ, ਕੰਕਰੈਂਟ ਲਿਸਟ ਬਾਰੇ ਪੜ੍ਹਦੇ ਹਾਂ, ਆਪਾਂ ਸਟੇਟ ਲਿਸਟ ਬਾਰੇ ਪੜ੍ਹਦੇ ਹਾਂ, ਤਿੰਨਾਂ ਲਿਸਟਾਂ ਦੇ ਵਿੱਚ ਨਹੀਂ ਹੈਗਾ, ਤਾਂ ਇਹ ਜਿਹੜੀ ਪਾਵਰ ਹੁੰਦੀ ਹੈਗੀ ਇਹ ਕਿਹਨਾਂ ਕੋਲ ਫਿਰ ਹੁੰਦੀ ਹੈ? ਯੂਨੀਅਨ ਗਵਰਨਮੈਂਟ ਕੋਲ ਹੁੰਦੀ ਹੈ। ਇਸ ਤੋਂ ਬਾਅਦ ਆ ਗਿਆ ਇਹਨਾਂ ਦੇ ਵਿੱਚੋਂ ਕਿਹੜੀ ਅਪੁਆਇੰਟਮੈਂਟ ਹੈ ਜਿਹੜੀ ਕਿ ਪ੍ਰੈਜੀਡੈਂਟ ਦੇ ਅੰਡਰ ਨਹੀਂ ਆਉਂਦੀ? ਤਾਂ ਚੀਫ ਜਸਟਿਸ ਆਫ ਇੰਡੀਆ ਨੂੰ ਅਪੁਆਇੰਟ ਕਰਦਾ ਗਾ, ਚੀਫ ਸਟਾਫ ਆਫ ਆਰਮੀ ਨੂੰ ਕਰਦਾ ਗਾ, ਚੀਫ ਆਰਮੀ ਸਟਾਫ ਨੂੰ ਗਵਰਨਰ ਵੀ ਕਰਦਾ ਗਾ, ਸਪੀਕਰ ਆਫ ਲੋਕ ਸਭਾ ਨੂੰ ਨਹੀਂ ਕਰਦਾ। ਠੀਕ ਹੈ, ਸੋ ਇਹਦਾ ਚੌਥਾ ਆਨਸਰ ਰਾਈਟ ਬਣਦਾ ਗਾ। ਇਸ ਤੋਂ ਬਾਅਦ ਆ ਗਿਆ ਵਿਚ ਵਨ ਆਫ ਦਾ ਫੋਲੋਇੰਗ ਪ੍ਰੈਜੀਡੈਂਟਸ ਆਫ ਇੰਡੀਆ ਸਰਵਡ ਫੋਰ 2 ਟਰਮਸ, ਕਿਹੜਾ ਪ੍ਰੈਜੀਡੈਂਟ ਆ ਜਿਹੜਾ 2 ਵਾਰੀ ਸਰਵ ਕਰ ਗਿਆ? ਉਹਦਾ ਨਾਮ ਹੈ ਜੀ ਡਾਕਟਰ ਰਾਜਿੰਦਰ ਪ੍ਰਸਾਦ। ਜੇਕਰ ਵਾਈਸ ਪ੍ਰੈਜੀਡੈਂਟ ਦੀ ਗੱਲ ਕਰੀ ਜਾਊਗੀ ਤਾਂ ਐਸ ਰਾਧਾ ਕ੍ਰਿਸ਼ਨਨ ਆਜੂਗਾ। ਇਸ ਤੋਂ ਬਾਅਦ ਆ ਗਿਆ ਫਾਈਨੈਂਸ਼ੀਅਲ ਐਮਰਜੈਂਸੀ ਜਦੋਂ ਹੁੰਦੀ ਹੈ ਤਾਂ ਮਨੀ ਬਿੱਲ ਆ ਜਿਹੜਾ ਪਾਸ ਕੀਤਾ ਜਾਂਦਾ ਬਾਏ ਦਾ ਸਟੇਟ ਲੈਜਿਸਲੇਚਰ, ਆਰ ਟੂ ਬੀ ਰਿਜ਼ਰਵਡ ਫੋਰ ਦੀ ਕੰਸਿਡਰੇਸ਼ਨ ਆਫ, ਤਾਂ ਕਿਹਦੀ ਕੰਸਿਡਰੇਸ਼ਨ ਹੋਊਗੀ? ਓਬਵੀਅਸਲੀ ਆ ਪ੍ਰੈਜੀਡੈਂਟ ਦੀ ਹੋਊਗੀ। ਠੀਕ ਹੈ, ਪ੍ਰੈਜੀਡੈਂਟ ਦੀ ਅਪਰੂਵਲ ਹੁੰਦੀ ਹੈ ਇਹਦੇ ਵਿੱਚ, ਤਾਂ ਚੌਥਾ ਇਹਦਾ ਆਂਸਰ ਬਣਦਾ ਗਾ। ਇਸ ਤੋਂ ਬਾਅਦ ਆ ਗਿਆ ਜੁਆਇੰਟ ਸੈਸ਼ਨ ਆ ਜਿਹੜਾ, ਉਹਨੂੰ ਪਾਰਲੀਮੈਂਟ ਨੂੰ ਕੌਣ ਐਡਰੈਸ ਕਰਦਾ ਗਾ? ਤਾਂ ਜੁਆਇੰਟ ਸੈਸ਼ਨ ਨੂੰ ਐਡਰੈਸ ਜਿਹੜਾ ਕਰਦਾ ਗਾ ਉਹ ਕਰਦਾ ਗਾ ਲੋਕ ਸਭਾ ਦਾ ਸਪੀਕਰ। ਜੁਆਇੰਟ ਸੈਸ਼ਨ ਸਿਰਫ ਉਦੋਂ ਹੁੰਦਾ ਗਾ ਜਦੋਂ ਐਂ ਕਹਿ ਲਓ ਵੀ ਦੋਨਾਂ, ਯਾਨੀ ਕਿ ਜਿਹੜੇ ਰਾਜ ਸਭਾ ਅਤੇ ਲੋਕ ਸਭਾ ਦੋਨਾਂ ਹਾਊਸਿਸ ਦੇ ਵਿੱਚ ਜਦੋਂ ਕੋਈ ਪੱਖਪਾਤ ਹੋ ਜਾਂਦਾ, ਯਾਨੀ ਕਿ ਇੱਕ ਹਾਊਸ ਆ ਜਿਹੜਾ ਦੂਸਰਾ ਮੁੱਕਰ ਜਾਂਦਾ ਗਾ, ਇੱਕ ਤਰ੍ਹਾਂ ਨਾਲ ਬਿੱਲ ਕੋਈ ਰਿਜੈਕਟ ਵਗੈਰਾ ਕਰ ਦਿੰਦਾ, ਉਦੋਂ ਤੋਂ ਜੁਆਇੰਟ ਸੈਸ਼ਨ ਬੁਲਾਇਆ ਜਾਂਦਾ। ਇਸ ਤੋਂ ਬਾਅਦ ਆ ਗਿਆ ਵਿਚ ਵਨ ਆਫ ਦਾ ਫੋਲੋਇੰਗ ਇਜ਼ ਦਾ ਸਮਾਲੈਸਟ ਏਰੀਆ ਵਾਈਜ਼ ਲੋਕ ਸਭਾ ਕੋਨਸਟੀਚੁਐਂਸੀ ਕਿਹੜੀ ਆ? ਏਰੀਆ ਵਾਈਜ਼ ਆ ਜਿਹੜੀ ਦਿੱਲੀ ਦੇ ਵਿੱਚ ਆ, ਚਾਂਦਨੀ ਚੌਂਕ। ਇਸ ਤੋਂ ਬਾਅਦ ਆ ਗਿਆ ਹੂ ਹੈਜ਼ ਗੋਟ ਦਾ ਪਾਵਰ ਕ੍ਰੀਏਟ ਆਲ ਇੰਡੀਆ ਸਰਵਿਸਿਜ਼, ਜਿਹਦੇ ਵਿੱਚ ਰਾਜ ਸਭਾ ਮੋਰ ਸਟਰੋਂਗ ਆ ਦੈਨ ਦਾ ਲੋਕ ਸਭਾ, ਸੋ ਆਲ ਇੰਡੀਆ ਸਰਵਿਸਿਜ਼ ਇਹਦਾ ਆਜੂਗਾ, ਜਿਹੜਾ ਆਨਸਰ ਆਜੂਗਾ ਪਾਰਲੀਮੈਂਟ। ਠੀਕ ਹੈ, ਇਸ ਤੋਂ ਬਾਅਦ ਆ ਗਿਆ ਜੀ ਦਾ ਐਂਟੀ ਡਿਫੈਕਸ਼ਨ ਲਾਅ ਜਿਹੜਾ ਪਾਸ ਕੀਤਾ ਗਿਆ ਆਫ ਇੰਡੀਅਨ ਕੋਨਸਟੀਟਿਊਸ਼ਨ, ਇਹਦਾ ਕਿਹੜੇ ਸਾਲ ਦੇ ਵਿੱਚ ਕੀਤਾ ਗਿਆ? ਤਾਂ ਇਹ ਕੀਤਾ ਗਿਆ ਜਿਹੜਾ 1985 ਦੇ ਵਿੱਚ ਕੀਤਾ ਗਿਆ, ਐਂਟੀ ਡਿਫੈਕਸ਼ਨ ਲਾਅ। ਇਸ ਤੋਂ ਬਾਅਦ ਆ ਗਿਆ ਸਪੀਕਰ ਆਫ ਦਾ ਲੋਕ ਸਭਾ ਹੈਜ਼ ਟੂ ਅਡਰੈਸਿਸ ਦਾ ਹਿਜ਼ ਲੈਟਰ, ਇਹ ਰੈਜਿਗਨੇਸ਼ਨ ਵਾਲਾ ਲੈਟਰ ਜਿਹੜਾ ਲੋਕ ਸਭਾ ਕਿਹਨੂੰ ਦਿੰਦਾ ਗਾ? ਸਪੀਕਰ ਡਿਪਟੀ ਸਪੀਕਰ ਨੂੰ ਦਊਗਾ, ਡਿਪਟੀ ਸਪੀਕਰ ਆਫ ਦਾ ਲੋਕ ਸਭਾ। ਇਸ ਤੋਂ ਬਾਅਦ ਆ ਗਿਆ ਜਿਹੜੀ ਸਪੀਕਰ ਦੀ ਵੋਟ ਹੁੰਦੀ ਹੈ ਲੋਕ ਸਭਾ ਦੇ ਵਿੱਚ, ਉਹਨੂੰ ਕਿਹੜੀ ਵੋਟ ਕਿਹਾ ਜਾਂਦਾ ਗਾ? ਉਹਨੂੰ ਕਾਸਟਿੰਗ ਵੋਟ ਕਿਹਾ ਜਾਂਦਾ, ਪਹਿਲਾ ਆਪਸ਼ਨ ਇਹਦਾ ਰਾਈਟ ਆ। ਇਸ ਤੋਂ ਬਾਅਦ ਆ ਗਿਆ ਕੈਂਡੀਡੇਟ ਆ ਜਿਹੜਾ ਉਹ ਬਿਕਮ ਏ ਮੈਂਬਰ ਆਫ ਦਾ ਰਾਜ ਸਭਾ ਸ਼ੁੱਡ ਨੋਟ ਲੈਸ ਦੈਨ, ਤਾਂ ਰਾਜ ਸਭਾ ਦਾ ਮੈਂਬਰ ਆ ਜਿਹੜਾ ਉਹ 35 ਸਾਲ ਦੀ ਉਮਰ ਤੋਂ ਘੱਟ ਨਹੀਂ ਹੋਣਾ ਚਾਹੀਦਾ। ਜੇਕਰ ਪ੍ਰੈਜੀਡੈਂਟ ਦੀ ਗੱਲ ਕਰਾਂਗੇ ਤਾਂ 35 ਸਾਲ ਦੀ ਉਮਰ ਤੋਂ ਘੱਟ ਨਹੀਂ ਹੋਣਾ ਚਾਹੀਦਾ, ਲੋਕ ਸਭਾ ਦੀ ਗੱਲ ਕਰਾਂਗੇ ਤਾਂ 25 ਸਾਲ ਦੀ ਉਮਰ ਤੋਂ ਘੱਟ ਨਹੀਂ ਹੋਣਾ ਚਾਹੀਦਾ। ਇਸ ਤੋਂ ਬਾਅਦ ਆ ਗਿਆ ਤਾਂ ਸੈਕਰੇਟਰੀ ਜਨਰਲ ਆਫ ਦਾ ਲੋਕ ਸਭਾ ਇਜ਼ ਦਾ ਚੀਫ ਆਫ ਇਟਸ ਸੈਕਰੇਟਰੀਏਟ ਐਂਡ ਇਜ਼, ਕਿਹਦੇ ਦੁਆਰਾ ਇਲੈਕਟ ਕੀਤਾ ਜਾਂਦਾ ਗਾ ਜਿਹੜਾ ਚੀਫ ਆਪਣਾ ਕਹਿੰਦੇ ਆ ਵੀ ਸੈਕਟਰੀਏਟ ਆ? ਤਾਂ ਚੀਫ ਸੈਕਟਰੀਏਟ ਆ ਜਿਹੜਾ ਉਹ ਅਪੁਆਇੰਟਡ ਬਾਏ ਦਾ ਲੋਕ ਸਭਾ ਸਪੀਕਰ ਦੁਆਰਾ ਕੀਤਾ ਜਾਂਦਾ ਗਾ, ਸੀ ਆਪਸ਼ਨ ਤੀਸਰਾ। ਇਸ ਤੋਂ ਬਾਅਦ ਆ ਗਿਆ ਜੁਆਇੰਟ ਸੈਸ਼ਨ ਆਫ ਟੂ ਹਾਊਸਿਸ ਕਦੋਂ ਬੁਲਾਇਆ ਜਾਂਦਾ ਗਾ? ਤਾਂ ਸਿਰਫ ਉਦੋਂ ਬੁਲਾਇਆ ਜਾਊਗਾ ਵੈਨ ਇਹ ਬਿੱਲ ਪਾਸਡ ਬਾਏ ਵਨ ਹਾਊਸ ਐਂਡ ਰਿਜੈਕਟਡ ਬਾਏ ਦਾ ਅਦਰ ਹਾਊਸ। ਪਹਿਲਾਂ ਦੱਸ ਵੀ ਚੁੱਕਿਆ ਮੈਂ, ਇਹ ਲੋਕ ਸਭਾ ਸਪੀਕਰ ਇਹਨੂੰ ਪ੍ਰੋਸੀਡ ਕਰੂਗਾ। ਇਸ ਤੋਂ ਬਾਅਦ ਆ ਗਿਆ ਰਾਜ ਸਭਾ ਕੋਲ ਹੈਜ਼ ਨੋ ਰੋਲ, ਕਿਹਦੇ ਵਿੱਚ ਰੋਲ ਨਹੀਂ ਹੈਗਾ? ਇਲੈਕਸ਼ਨ ਆਫ ਵਾਈਸ ਪ੍ਰੈਜੀਡੈਂਟ 'ਚ ਹੈਗਾ, ਇਲੈਕਸ਼ਨ ਆਫ ਦਾ ਸਪੀਕਰ 'ਚ ਨਹੀਂ ਹੋਣਾ। ਠੀਕ ਹੈ, ਸੋ ਸੈਕੰਡ ਆਪਸ਼ਨ ਦਾ ਰਾਈਟ ਬਣੂਗਾ, ਕਿਉਂਕਿ ਸਪੀਕਰ ਦਾ ਜਿਹੜਾ ਉਹ ਲੋਕ ਸਭਾ ਦੇ ਨਾਲ ਰਿਲੇਟ ਹੁੰਦਾ ਗਾ। ਇਸ ਤੋਂ ਬਾਅਦ ਆ ਗਿਆ ਰਾਜ ਸਭਾ ਕਹਿੰਦਾ ਮੋਰ ਪਾਵਰ ਇੰਜੋਏ ਕਰਦਾ ਗਾ ਲੋਕ ਸਭਾ ਤੋਂ, ਕਿਹੜੇ ਕੇਸ ਦੇ ਵਿੱਚ? ਮਨੀ ਬਿੱਲ ਦੇ ਵਿੱਚ ਨਹੀਂ, ਲੋਕ ਸਭਾ ਪਾਵਰ ਹੁੰਦੀ ਹੈ, ਨੋਨ ਮਨੀ ਬਿੱਲ ਦੇ ਵਿੱਚ ਵੀ ਨਹੀਂ, ਤਾਂ ਇਹ ਆਲ ਇੰਡੀਆ ਸਰਵਿਸ। ਤੁਹਾਨੂੰ ਮੈਂ ਦੱਸ ਕੇ ਹਟਿਆ ਕਿ ਆਲ ਇੰਡੀਆ ਸਰਵਿਸ ਆ ਜਿਹੜੀ ਉਹਦੇ ਵਿੱਚ ਰਾਜ ਸਭਾ ਕੋਲ ਲੋਕ ਸਭਾ ਨਾਲੋਂ ਪਾਵਰ ਜ਼ਿਆਦਾ ਹੁੰਦੀ ਆ। ਸੁਪਰੀਮ ਕੋਰਟ ਐਟ ਕਲਕੱਤਾ ਜਿਹੜਾ ਅਸਟੈਬਲਿਸ਼ ਕੀਤਾ ਗਿਆ ਉਹ ਕਿਹੜੇ ਰੈਗੂਲੇਟਿੰਗ ਐਕਟ ਦੁਆਰਾ ਕੀਤਾ ਗਿਆ? ਤਾਂ ਉਹ 1773 ਦੁਆਰਾ
ਇਸ ਤੋਂ ਬਾਅਦ ਆ ਗਿਆ ਵਿੱਚ ਵਨ ਆਫ ਦਾ ਫੋਲੋਇੰਗ ਚੀਫ ਜਸਟਿਸ ਆਫ ਇੰਡੀਆ ਹੈਡ ਦਾ ਓਪਰਚੁਨਿਟੀ, ਉਸ ਤੋਂ ਬਾਅਦ ਐਕਟ ਯਾਨੀ ਕਿ ਉਹ ਐਜ਼ ਪ੍ਰੈਜੀਡੈਂਟ ਬਣਿਆ ਸੀਗਾ, ਕਿਹੜਾ ਚੀਫ ਜਸਟਿਸ ਆਫ ਇੰਡੀਆ ਸੀਗਾ ਤਾਂ ਉਹਦਾ ਨਾਮ ਸੀਗਾ ਜਸਟਿਸ ਐਮ ਹਿਦਾਇਤੁੱਲਾ, ਯਾਨੀ ਕਿ ਥਰਡ ਆਪਸ਼ਨ ਇਹਦਾ ਰਾਈਟ ਬਣਦਾ ਗਾ। ਇਸ ਤੋਂ ਬਾਅਦ ਆ ਗਿਆ ਵੀ ਜਿਹੜਾ ਲੋਅ ਹੈ ਜੁਡੀਸ਼ਰੀ ਦੁਆਰਾ ਜਦੋਂ ਬਣਾਇਆ ਜਾਂਦਾ ਉਹਨੂੰ ਆਪਾਂ ਕੀ ਕਹਿੰਦੇ ਹਾਂ, ਉਹਨੂੰ ਕੇਸ ਲੋਅ ਵੀ ਕਹਿੰਦੇ ਹਾਂ ਆਪਾਂ, ਕਾਮਨ ਲੋਅ ਵੀ ਕਹਿੰਦੇ ਹਾਂ, ਕੇਸ ਲਾਅ ਜਾਂ ਕਾਮਨ ਲੋਅ ਕਹਿੰਦੇ ਹਾਂ, ਠੀਕ ਹੈ। ਇਸ ਤੋਂ ਬਾਅਦ ਆ ਗਿਆ ਵਿੱਚ ਆਫ ਦਾ ਫੋਲੋਇੰਗ ਫੀਚਰ ਆ ਜਿਹੜਾ ਇੰਡੀਅਨ ਫੈਡਰੇਸ਼ਨ ਅਤੇ ਅਮੈਰੀਕਨ ਫੈਡਰੇਸ਼ਨ ਦੇ ਵਿੱਚ ਕਾਮਨ ਹੈ, ਇਹਨਾਂ ਦੇ ਵਿੱਚੋਂ ਕਿਹੜਾ ਗਾ, ਤਾਂ ਇਹਦਾ ਆਨਸਰ ਆ ਜੂਗਾ ਚੌਥਾ, ਫੈਡਰਲ ਸੁਪਰੀਮ ਕੋਰਟ ਟੂ ਇੰਟਰਪਟ ਦਾ ਕੋਨਸਟੀਟਿਊਸ਼ਨ। ਫੈਡਰਲ ਯਾਨੀ ਕਿ ਜਿਹੜੀਆਂ ਤੁਹਾਨੂੰ ਪਤਾ ਹੀ ਆ, ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਇੰਡੀਪੈਂਡੈਂਟ ਜੁਡੀਸ਼ਰੀ ਦੀ ਗੱਲ ਜਿਹਦੇ ਵਿੱਚ ਆ ਜਾਂਦੀ ਆ। ਇਸ ਤੋਂ ਬਾਅਦ ਆਇਆ ਦਾ ਪ੍ਰੀਵੈਂਟਿਵ ਡਿਟੈਂਸ਼ਨ। ਪ੍ਰੀਵੈਂਟਿਵ ਡਿਟੈਂਸ਼ਨ ਦਾ ਮਤਲਬ ਕੀ ਆ, ਉਹ ਡਿਟੈਂਸ਼ਨ ਜਿਹੜੀ ਕਿ ਵਿਦਾਊਟ ਇੰਟੈਰੋਗੇਸ਼ਨ ਹੋਵੇ, ਯਾਨੀ ਕਿ ਥਰਡ ਆਪਸ਼ਨ ਰਾਈਟ ਬਣਦਾ ਗਾ। ਇਸ ਤੋਂ ਬਾਅਦ ਆ ਗਿਆ ਜੱਜਿਸ ਆਫ ਸੁਪਰੀਮ ਕੋਰਟ ਐਂਡ ਹਾਈ ਕੋਰਟ ਕੈਨ ਬੀ ਰਿਮੂਵਡ ਬਾਏ, ਤਾਂ ਜੱਜਿਸ ਆ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜਿਹੜੇ ਰਿਮੂਵ ਕੀਤੇ ਜਾਂਦੇ ਆ ਤਾਂ ਉਹ ਕਿਹਨਾਂ ਦੁਆਰਾ ਕੀਤੇ ਜਾਂਦੇ ਆ, ਤਾਂ ਇਹ ਕੀਤੇ ਜਾਂਦੇ ਆ ਜੱਜਿਸ ਆਫ ਸੁਪਰੀਮ ਕੋਰਟ ਅਤੇ ਹਾਈ ਕੋਰਟ ਪ੍ਰੈਜ਼ੀਡੈਂਟ ਦੁਆਰਾ, ਠੀਕ ਹੈ। ਇਸ ਤੋਂ ਬਾਅਦ ਆ ਗਿਆ ਇਨ ਕੇਸ ਨੋ ਪਾਰਟੀ ਇੰਜੋਇਜ਼ ਐਬਸੋਲਿਊਟ ਮੈਜੋਰਿਟੀ ਇਨ ਦਾ ਲੈਜਿਸਲੇਟਿਵ ਅਸੈਂਬਲੀ ਆਫ ਦਾ ਸਟੇਟ, ਦਾ ਗਵਰਨਰ ਵਿਲ ਗੋ ਬਾਏ। ਜੇਕਰ ਮੰਨ ਲਓ ਮੈਜੋਰਿਟੀ ਨਹੀਂ ਆਉਂਦੀ, ਐਬਸੋਲਿਊਟ ਮੈਜੋਰਿਟੀ ਮਤਲਬ ਨਹੀਂ ਬਣਦੀ, ਤਾਂ ਕਹਿਣ ਦਾ ਮਤਲਬ ਉਸ ਤੋਂ ਬਾਅਦ ਗਵਰਨਰ ਕੀ ਕਰਦਾਗਾ, ਗਵਰਨਰ ਆਪਣਾ ਡਿਸੀਜ਼ਨ ਖੁਦ ਲਊਗਾ, ਹਿਜ਼ ਨੋ ਓਨ ਡਿਸਕ੍ਰੇਸ਼ਨ। ਇਸ ਤੋਂ ਬਾਅਦ ਆ ਗਿਆ ਹੂ ਐਕਟਸ ਐਜ਼ ਅ ਚੇਅਰਮੈਨ ਆਫ ਦਾ ਸਟੇਟ ਪਲੈਨਿੰਗ ਬੋਰਡ, ਤਾਂ ਇਹਦਾ ਚੇਅਰਮੈਨ ਕੌਣ ਹੁੰਦਾ ਗਾ, ਚੀਫ ਮਿਨਿਸਟਰ ਸਟੇਟ ਦਾ, ਠੀਕ ਹੈ। ਇਸ ਤੋਂ ਬਾਅਦ ਆ ਗਿਆ ਹੂ ਵਾਜ਼ ਦਾ ਫਸਟ ਵੂਮੈਨ ਚੀਫ ਜਸਟਿਸ ਆਫ ਹਾਈ ਕੋਰਟ ਆਫ ਅ ਸਟੇਟ ਇਨ ਇੰਡੀਆ, ਤਾਂ ਲੀਲਾ ਸੇਠ ਹੈ, ਠੀਕ ਹੈ। ਇਸ ਤੋਂ ਬਾਅਦ ਆ ਗਿਆ ਜੀ ਹੂ ਇਜ਼ ਦਾ ਚੀਫ ਐਡਵਾਈਜ਼ਰ ਟੂ ਦਾ ਗਵਰਨਰ, ਚੀਫ ਐਡਵਾਈਜ਼ਰ ਟੂ ਦਾ ਗਵਰਨਰ ਕੌਣ ਹੁੰਦਾ ਗਾ, ਚੀਫ ਮਿਨਿਸਟਰ ਹੋਊਗਾ, ਰਾਈਟ। ਇਸ ਤੋਂ ਬਾਅਦ ਆ ਗਿਆ ਜੀ ਮਨੀ ਬਿੱਲ ਆ ਜਿਹੜਾ ਉਹ ਓਰੀਜਨੇਟ ਇਨ ਦਾ ਸਟੇਟ ਲੈਜਿਸਲੇਟਿਵ ਅਸੈਂਬਲੀ ਔਨ ਦਾ ਰੈਕਮੈਂਡੇਸ਼ਨ ਆਫ, ਤਾਂ ਮਨੀ ਬਿੱਲ ਆ ਜਿਹੜਾ ਉਹ ਕਿਹਦੇ ਦੁਆਰਾ, ਸਟੇਟ ਦੇ ਵਿੱਚ, ਸਟੇਟ ਦੇ ਵਿੱਚ ਪੁੱਛਿਆ ਗਿਆ ਤਾਂ ਗਵਰਨਰ ਆਊਗਾ। ਜੇਕਰ ਮੰਨ ਲਓ ਆਪਣਾ ਕੀ ਕਹਿੰਦੇ ਹੁੰਦੇ ਆ ਲੋਕ ਸਭਾ ਦੇ ਵਿੱਚ ਪੁੱਛਿਆ ਜਾਊਗਾ ਤਾਂ ਫਿਰ ਪ੍ਰੈਜੀਡੈਂਟ ਆਊਗਾ। ਇਸ ਤੋਂ ਬਾਅਦ ਆ ਗਿਆ ਵਿੱਚ ਅਮਿਡੈਸਟ ਦਾ ਫੋਲੋਇੰਗ ਸਟੇਟਸ ਹੈਜ਼ ਦਾ ਲੈਜਿਸਲੇਟਿਵ ਕੌਂਸਲ, ਵਿਧਾਨ ਪਰਿਸ਼ਦ ਕਿਹੜੀ ਕਿਹੜੀ ਸਟੇਟਸ ਦੇ ਵਿੱਚ ਆ, 7 ਸਟੇਟਾਂ ਦੇ ਵਿੱਚ ਆ ਕੁੱਲ, ਇਹਦੇ ਵਿੱਚੋਂ ਬਿਹਾਰ ਆਨਸਰ ਆਊਗਾ, ਵੈਸਟ ਬੰਗਾਲ, ਪੰਜਾਬ, ਉੜੀਸਾ ਦੇ ਵਿੱਚ ਨਹੀਂ ਹੈਗੀ। ਇਸ ਤੋਂ ਬਾਅਦ ਆ ਗਿਆ ਐਡਵੋਕੇਟ ਜਨਰਲ ਆ ਜਿਹੜਾ ਉਹ ਇਨ ਈਚ ਸਟੇਟ ਇਜ਼ ਅਪੁਆਇੰਟਡ ਬਾਏ ਦਾ ਗਵਰਨਰ, ਕਿਉਂਕਿ ਐਡਵੋਕੇਟ ਜਨਰਲ ਦਾ ਜਿਹੜਾ ਹੁੰਦਾ ਗਾ ਉਹ ਸਟੇਟ ਦਾ ਹੁੰਦਾ ਗਾ, ਅਤੇ ਜਿਹੜਾ ਜੇ ਆਪਾਂ ਅਟੋਰਨੀ ਜਨਰਲ ਦੀ ਗੱਲ ਕਰਾਂਗੇ ਤਾਂ ਫਿਰ ਪ੍ਰੈਜੀਡੈਂਟ ਆਨਸਰ ਆਜੂਗਾ। ਇਸ ਤੋਂ ਬਾਅਦ ਆ ਗਿਆ ਜੀ ਹੂ ਫਾਊਂਡਰ ਦਾ ਰਿਪਬਲਿਕਨ ਪਾਰਟੀ ਆਫ ਇੰਡੀਆ, ਡਾਕਟਰ ਬੀ ਆਰ ਅੰਬੇਦਕਰ ਇਹਨਾਂ ਦੁਆਰਾ ਫਾਊਂਡ ਕੀਤੀ ਗਈ ਸੀ। ਇਨ ਵਿੱਚ ਆਫ ਦਾ ਪਾਰਲੀਮੈਂਟ ਫਾਈਨੈਂਸ਼ੀਅਲ ਕਮੇਟੀ ਇਸ ਦਾ ਰਾਜ ਸਭਾ ਨੋਟ ਰੀਪ੍ਰੈਜੈਂਟਡ, ਠੀਕ ਹੈ। ਤਾਂ ਰਾਜ ਸਭਾ ਦੇ ਇਹਦੇ ਵਿੱਚ ਵੀ ਹੁੰਦੇ, ਇਹਦੇ ਵਿੱਚ ਵੀ ਹੁੰਦੇ, ਇਹਦੇ ਵਿੱਚ ਵੀ ਹੁੰਦੇ, ਐਸਟੀਮੇਟਸ ਦੇ ਵਿੱਚ ਸਾਰੇ ਦੇ ਸਾਰੇ ਲੋਕ ਸਭਾ ਦੇ ਹੁੰਦੇ, ਯਾਨੀ ਕਿ ਸੈਕੰਡ ਆਪਸ਼ਨ ਇਹਦਾ ਰਾਈਟ ਬਣੂਗਾ। ਇਹ ਮੈਂਬਰ ਆਫ ਦਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯਾਨੀ ਕਿ ਯੂ ਪੀ ਐੱਸ ਸੀ ਰਿਮੂਵ ਕਿਹਨਾਂ ਦੁਆਰਾ ਕੀਤਾ ਜਾ ਸਕਦਾ, ਪ੍ਰੈਜੀਡੈਂਟ ਦੁਆਰਾ ਰਿਮੂਵ ਕੀਤਾ ਜਾ ਸਕਦਾ। ਇਸ ਤੋਂ ਬਾਅਦ ਆ ਗਿਆ ਵਿਚ ਇਜ਼ ਦਾ ਹਾਈਐਸਟ ਬਾਡੀ ਦੈਟ ਅਪਰੂਵਸ 5-year ਪਲੈਨਸ ਇਨ ਦਾ ਕੰਟਰੀ, ਤਾਂ ਕਿਹੜੀ ਬਾਡੀ ਹੈ, ਐੱਨ ਡੀ ਸੀ ਯਾਨੀ ਕਿ ਨੈਸ਼ਨਲ ਡਿਵਲਪਮੈਂਟ ਕੌਂਸਲ, ਜਿਹੜਾ ਕਿ ਹੁਣ ਤਾਂ ਇਹ ਵੀ ਬੰਦ ਕਰ ਦਿੱਤਾ ਗਿਆ ਮੋਦੀ ਦੁਆਰਾ। ਦਾ ਟਰਮ ਆਫ ਦਾ ਆਫਿਸ ਆਫ ਦਾ ਮੈਂਬਰ ਆਫ ਦਾ ਯੂ ਪੀ ਐੱਸ ਸੀ, ਤਾਂ ਟਰਮ ਯੂ ਪੀ ਐੱਸ ਸੀ ਵਾਲੇ ਮੈਂਬਰ ਦੀ ਕਿੰਨੀ ਹੁੰਦੀ ਹੈ, 6 ਸਾਲ ਅਤੇ ਜਾਂ ਫਿਰ 65 ਸਾਲ ਦੀ ਉਮਰ ਜੇਕਰ ਹੋ ਜਾਵੇ। ਇਸ ਤੋਂ ਬਾਅਦ ਆ ਗਿਆ ਕਿਹੜਾ ਕਮਿਸ਼ਨ ਸੀ ਜਿਹਨੇ ਆਪਣਾ ਪੰਜਾਬ ਅਤੇ ਹਰਿਆਣਾ ਨੂੰ ਵੱਖ ਵੱਖ ਕੀਤਾ, ਉਹ ਕਿਹੜਾ ਕਮਿਸ਼ਨ ਸੀਗਾ, ਤਾਂ ਸ਼ਾਹ ਕਮਿਸ਼ਨ ਸੀਗਾ, ਠੀਕ ਹੈ, ਬਹੁਤ ਇੰਪੋਰਟੈਂਟ ਹੈ। ਇਸ ਤੋਂ ਬਾਅਦ ਆ ਗਿਆ ਵਿਚ ਅਮੈਂਡਮੈਂਟ ਐਕਟ ਇਜ਼ ਅ ਰੈਫਰਡ ਐਜ਼ ਅ ਮਿੰਨੀ ਕੋਨਸਟੀਟਿਊਸ਼ਨ, ਤਾਂ ਮਿੰਨੀ ਕੋਨਸਟੀਟਿਊਸ਼ਨ ਆ ਜਿਹੜਾ ਉਹ ਰੈਫਰ ਕੀਤਾ ਜਾਂਦਾ ਗਾ, ਕਿਹਨੂੰ ਕਿਹਾ ਜਾਂਦਾ ਗਾ, 42nd ਕੋਨਸਟੀਟਿਊਸ਼ਨ ਅਮੈਂਡਮੈਂਟ 1976। ਇਸ ਤੋਂ ਬਾਅਦ ਆ ਗਿਆ ਜੀ, ਅੱਛਾ ਇਹਦੀ PDF ਲੈਣੀ ਆ ਤਾਂ ਤੁਹਾਨੂੰ ਮੈਂ ਦੱਸਿਆ ਹੋਇਆ ਵੈਬਸਾਈਟ ਹੈ www.raceacademyofficial.com, ਉੱਥੇ ਜਾ ਕੇ PDF ਤੁਹਾਨੂੰ ਮਿਲ ਜੂਗੀ, ਜਾਓਗੇ ਉੱਥੇ ਬਾਕੀ PDFs ਵੀ ਮਿਲ ਜਾਣਗੀਆਂ, ਠੀਕ ਹੈ। ਇਸ ਤੋਂ ਬਾਅਦ ਆ ਗਿਆ ਵਿਚ ਅਮੈਂਡਮੈਂਟ ਆਫ ਦ ਇੰਡੀਅਨ ਕੋਨਸਟੀਟਿਊਸ਼ਨ ਇਨਸਰਟਡ 2 words, ਜਿਹੜਾ ਕਿ ਸੋਸ਼ਲਿਸਟ ਅਤੇ ਸੈਕੂਲਰ ਹੈ, ਇਹ ਪ੍ਰੈਂਬਲ ਦੇ ਵਿੱਚ ਆਇਆ, ਕਿਹੜੀ ਅਮੈਂਡਮੈਂਟ ਦੇ ਥਰੂ ਆਇਆ ਗਾ, ਤਾਂ ਇਹ 42nd ਅਮੈਂਡਮੈਂਟ ਦੇ ਥਰੂ ਆਇਆ ਗਾ 1976 ਦੇ ਵਿੱਚ। ਇਸ ਤੋਂ ਬਾਅਦ ਆ ਗਿਆ ਵਿੱਚ ਵਨ ਆਫ ਦਾ ਫੋਲੋਇੰਗ ਲੈਜਿਸਲੇਸ਼ਨ ਗਿਵਜ਼ ਕੋਨਸਟੀਟਿਊਸ਼ਨਲ ਸਟੇਟਸ, ਯਾਨੀ ਕਿ 3-tier ਜਿਹੜੀ ਪੰਚਾਇਤੀ ਰਾਜ ਸਿਸਟਮ ਹੈ, ਇਹ ਕਿਹੜੀ ਅਮੈਂਡਮੈਂਟ ਦੇ ਥਰੂ ਆਇਆ, 73rd ਕੋਨਸਟੀਟਿਊਸ਼ਨ ਅਮੈਂਡਮੈਂਟ ਜਿਹੜੀ ਕਿ 1993, ਸੋ ਇਹ ਕਾਫੀ ਇੰਪੋਰਟੈਂਟ ਹੈ। ਇਸ ਤੋਂ ਬਾਅਦ ਆ ਗਿਆ ਥਰੂ ਵਿੱਚ ਕੋਨਸਟੀਟਿਊਸ਼ਨਲ ਅਮੈਂਡਮੈਂਟ ਵਾਜ਼ ਦਾ ਨਗਰਪਾਲਿਕਾ ਬਿੱਲ ਪਾਸਡ, ਤਾਂ ਕਿਹੜਾ ਕੋਨਸਟੀਟਿਊਸ਼ਨਲ ਅਮੈਂਡਮੈਂਟ ਆ, 74th। ਇਸ ਤੋਂ ਬਾਅਦ ਆ ਗਿਆ ਮਿਊਂਸੀਪਲਟੀ, ਯਾਨੀ ਕਿ ਵਿੱਚ ਗਵਰਨਮੈਂਟ ਏਜੰਸੀ ਇਜ਼ ਰਿਸਪੋਂਸੀਬਲ ਫੋਰ ਦਾ ਮੈਪਿੰਗ ਐਂਡ ਐਕਸਪਲੋਰੇਸ਼ਨ ਆਫ ਮਿਨਰਲਸ ਇਨ ਇੰਡੀਆ, ਤਾਂ ਕਿਹੜੀ ਗਵਰਨਮੈਂਟ ਏਜੰਸੀ ਆ ਉਹ, ਜੀਓਲੋਜੀਕਲ ਸਰਵੇ ਆਫ ਇੰਡੀਆ। ਇਸ ਤੋਂ ਬਾਅਦ ਆ ਗਿਆ ਦਾ ਮੈਂਬਰ ਆਫ ਦਾ ਲੈਜਿਸਲੇਟਿਵ ਅਸੈਂਬਲੀ ਆ, ਜਿਹੜੇ ਉਹ ਕਿਹਨਾਂ ਦੁਆਰਾ ਇਲੈਕਟ ਕੀਤੇ ਜਾਂਦੇ, ਮਤਲਬ ਕਿਵੇਂ ਇਲੈਕਟ ਕੀਤੇ ਜਾਂਦੇ ਆ, ਤਾਂ ਉਹ ਬੇਸਿਕਲੀ ਕੀ ਕਹਿੰਦੇ ਹੁੰਦੇ, ਅੱਛਾ ਗਵਰਨਰ ਆ ਗਿਆ, ਇੱਥੇ ਗਲਤ ਹੋ ਜੂਗਾ, ਜੇਕਰ ਪ੍ਰੈਜੀਡੈਂਟ ਹੁੰਦਾ ਤਾਂ ਰਾਈਟ ਹੋ ਜਾਂਦਾ, ਨਹੀਂ ਇੱਥੇ ਡਾਇਰੈਕਟਲੀ ਇਲੈਕਟਡ ਬਾਏ ਦਾ ਪੀਪਲ ਆਜੂਗਾ, ਠੀਕ ਹੈ। ਇਸ ਤੋਂ ਬਾਅਦ ਆ ਗਿਆ ਜੀ ਹੂ ਵਾਜ਼ ਦਾ ਫਸਟ ਵੂਮੈਨ ਗਵਰਨਰ ਆਫ ਦਾ ਸਟੇਟ ਇਨ ਫਰੀ ਇੰਡੀਆ, ਤਾਂ ਸਰੋਜਨੀ ਨਾਇਡੂ, ਜੇਕਰ CM ਦੀ ਗੱਲ ਕਰਾਂਗੇ ਤਾਂ ਫਿਰ ਕੀ ਆਜੂਗਾ, ਸੁਰਜੇਤਾ ਕਿਰਪਲਾਨੀ। ਇਸ ਤੋਂ ਬਾਅਦ ਆ ਗਿਆ ਪੰਚਾਇਤੀ ਰਾਜ ਸਿਸਟਮ ਇਨ
ਆਰਟੀਕਲ ਦੇ ਵਿੱਚ ਆ। ਥ੍ਰੀ ਟਾਇਰ ਪੰਚਾਇਤੀ ਰਾਜ ਸਿਸਟਮ ਆ ਜਿਹੜਾ ਉਹ ਕਿਹੜੀ ਕਮਿਸ਼ਨ ਦੇ ਥਰੂ ਆਇਆ ਸੀਗਾ ਬੇਸਿਕਲੀ, ਤਾਂ ਉਹ ਆਇਆ ਸੀਗਾ ਬਲਵੰਤ ਰਾਏ ਮਹਿਤਾ ਕਮੇਟੀ ਦੇ ਥਰੂ। ਇਸ ਤੋਂ ਬਾਅਦ ਆ ਗਿਆ ਸਟੇਟ ਕੈਨ ਨੋਟ ਐਗਜਿਸਟ, ਸਟੇਟ ਕੈਨ ਨੋਟ ਐਗਜਿਸਟ ਡੈਮੋਕ੍ਰੇਟਿਕ ਗੌਰਮੈਂਟ ਦੇ ਵਿੱਚੋਂ ਸਟੇਟ ਬਣ ਸਕਦੀ ਆ, ਪਾਰਲੀਮੈਂਟ ਦੇ ਵਿੱਚ ਬਣੂਗੀ ਪ੍ਰੈਜੀਡੈਂਟ, ਜੇਕਰ ਸਮ ਕਾਇੰਡ ਆਫ ਯਾਨੀ ਕਿ ਗਵਰਨਮੈਂਟ ਹੋਣੀ ਜ਼ਰੂਰੀ ਹੈ, ਹੈ ਨਾ ਕਿਸੇ ਨਾ ਕਿਸੇ ਦੀ। ਚਲੋ ਖੈਰ, ਤਾਂ ਪੈਨਸ਼ਨ ਆ ਜਿਹੜੀ ਹਾਈ ਕੋਰਟ ਜੱਜਿਸ ਦੀ ਤਾਂ ਕਿੱਥੋਂ ਉਹ ਮਿਲਦੀ ਹੈਗੀ, ਤਾਂ ਜਿਹੜੀ ਪੈਨਸ਼ਨ ਆ ਉਹ ਕੰਸੋਲੀਡੇਟਡ ਫੰਡ ਆਫ ਸਟੇਟਸ 'ਚੋਂ ਆਊਗੀ, ਹਾਈ ਕੋਰਟ ਆ ਧਿਆਨ ਦੇਣਾ, ਇੰਡੀਆ ਨਹੀਂ, ਠੀਕ ਆ, ਸਟੇਟ ਤਾਂ ਹੀ ਆਊਗਾ। ਦਾ ਪਾਰਲੀਮੈਂਟ ਆਫ ਕੋਨਸਟੀਟਿਊਸ਼ਨ ਆਰ ਦਾ ਇੰਸਟਰੂਮੈਂਟਸ ਆਫ, ਤਾਂ ਪਾਰਲੀਮੈਂਟ ਆਫ ਦਾ ਕੋਨਸਟੀਟਿਊਸ਼ਨ ਤਾਂ ਇਹ ਪੋਲੀਟੀਕਲ ਜਸਟਿਸ ਦੇ ਵਿੱਚ ਹੀ ਆਊਗਾ, ਓਬਵੀਅਸਲੀ ਗੱਲ ਆ, ਠੀਕ ਹੈ। ਇਸ ਤੋਂ ਬਾਅਦ ਆ ਗਿਆ ਕੈਨ ਏ ਪਰਸਨ, ਕਹਿੰਦਾ ਜੇਕਰ ਉਹ ਮੈਂਬਰ ਨਾ ਹੋਵੇ ਪਾਰਲੀਮੈਂਟ ਦਾ ਤਾਂ ਅਪੁਆਇੰਟ ਕੀਤਾ ਜਾ ਸਕਦਾ ਮਿਨਿਸਟਰ, ਹਾਂਜੀ ਕੀਤਾ ਜਾ ਸਕਦਾ, ਬਟ ਉਹਨੂੰ ਅਗਲੇ 6 ਮਹੀਨੇ ਦੇ ਵਿੱਚ ਅਪੁਆਇੰਟਮੈਂਟ ਆ ਜਿਹੜੀ ਉਹ ਪਾਰਲੀਮੈਂਟ ਦੇ ਵਿੱਚੋਂ ਮੈਂਬਰ ਦੇ ਵਜੋਂ ਲੈਣੀ ਪੈਣੀ ਆ। ਮਨੀ ਬਿੱਲ ਆ ਜਿਹੜਾ ਪਾਸ ਬਾਏ ਲੋਕ ਸਭਾ ਹੁੰਦਾ ਗਾ, ਜੇਕਰ ਮੰਨ ਲਓ ਰਾਜ ਸਭਾ ਪਾਸ ਨਾ ਕਰੇ, ਠੀਕ ਹੈ, ਰਾਜ ਸਭਾ ਜੇਕਰ ਪਾਸ ਨਾ ਕਰੇ ਤਾਂ ਲੋਕ ਸਭਾ ਯਾਨੀ ਕਿ ਕਿੰਨੇ ਦਿਨਾਂ ਦਾ ਟਾਈਮ ਹੁੰਦਾ ਬੇਸਿਕਲੀ, ਤਾਂ 14 ਦਿਨਾਂ ਦਾ ਟਾਈਮ ਹੁੰਦਾ ਗਾ ਤਾਂ ਲੋਕ ਸਭਾ ਜਿਹੜਾ ਪਾਸ ਕਰ ਹੀ ਦਊਗਾ। ਹੂ ਫੋਰਮ ਦਾ ਫੋਲੋਇੰਗ ਵਾਜ ਏ ਮੈਂਬਰ ਆਫ ਦਾ ਰਾਜ ਸਭਾ ਐਟ ਦਾ ਟਾਈਮ ਆਫ ਪ੍ਰਾਈਮ ਮਿਨਿਸਟਰ, ਤਾਂ ਇਹਨਾਂ ਦੇ ਵਿੱਚੋਂ ਰਾਜ ਸਭਾ ਦੇ ਵਿੱਚੋਂ ਕਿਹੜਾ ਮੈਂਬਰ ਆ ਜਿਹੜਾ ਪ੍ਰਾਈਮ ਮਿਨਿਸਟਰ ਬਣਿਆ, ਤਾਂ ਇੰਦਰਾ ਗਾਂਧੀ ਵੀ ਬਣੇ ਸੀ ਅਤੇ ਡਾਕਟਰ ਮਨਮੋਹਨ ਸਿੰਘ ਵੀ ਬਣੇ ਸੀ, ਰਾਜ ਸਭਾ ਦੇ ਮੈਂਬਰ ਸੀ, ਬਟ ਪ੍ਰਾਈਮ ਮਿਨਿਸਟਰ ਚੁਣੇ ਗਏ ਉਸ ਤੋਂ ਬਾਅਦ, ਤਾਂ ਯਾਨੀ ਕਿ ਇਹ ਆਜੂਗਾ ਸੈਕਿੰਡ ਐਂਡ ਥਰਡ ਇਹਦਾ ਆਨਸਰ। ਇਸ ਤੋਂ ਬਾਅਦ ਆ ਗਿਆ ਜੀ ਹੂ ਕੈਨ ਬੀ ਦਾ ਮੈਂਬਰ ਆਫ ਦਾ ਰਾਜ ਸਭਾ ਬਟ ਕੈਨ ਸਪੀਕ ਬੋਥ ਇਨ ਦਾ ਰਾਜ ਸਭਾ ਐਂਡ ਲੋਕ ਸਭਾ, ਓਬਵੀਅਸਲੀ ਜਿਹੜਾ ਮਨਿਸਟਰ ਹੋਊਗਾ ਹੂ ਆਰ ਦਾ ਮੈਂਬਰਸ ਆਫ ਦਾ ਰਾਜ ਸਭਾ, ਓਬਵੀਅਸਲੀ ਲੋਕ ਸਭਾ ਦੇ ਵਿੱਚ ਵੀ ਹੋਣਗੇ। ਦਾ ਮੋਸਟ ਇੰਪੋਰਟੈਂਟ ਫੀਚਰ ਆਫ ਦਾ ਇੰਡੀਅਨ ਪਾਰਲੀਮੈਂਟ ਇਜ਼ ਦਾ, ਕੀ ਆਪਣਾ ਮੋਸਟ ਇੰਪੋਰਟੈਂਟ ਜਿਹੜਾ ਇੰਡੀਅਨ ਪਾਰਲੀਮੈਂਟ ਦਾ ਕੀ ਆ, ਵੀ ਜਿਹੜਾ ਆਪਣਾ ਅਪਰ ਹਾਊਸ ਆ ਉਹ ਡਿਸੋਲਵ ਨਹੀਂ ਹੁੰਦਾ ਯਾਨੀ ਕਿ ਰਾਜ ਸਭਾ। ਇਸ ਤੋਂ ਬਾਅਦ ਆ ਗਿਆ ਵੈਨ ਵਾਜ ਦਾ ਫਸਟ ਜਨਰਲ ਇਲੈਕਸ਼ਨ ਜਿਹੜੀ ਆਪਣੀ ਹੋਈ ਆ ਉਹ 1951 ਟੂ 52 ਹੋਈ ਆ। ਇਸ ਤੋਂ ਬਾਅਦ ਆ ਗਿਆ ਇਨ ਵਿੱਚ ਈਅਰ ਆਫ ਦਾ ਵਾਜ ਦਾ ਹਾਊਸ ਆਫ ਦਾ ਪੀਪਲ ਨੇਮਡ ਲੋਕ ਸਭਾ, ਕਿਉਂਕਿ ਹਾਊਸ ਆਫ ਦਾ ਪੀਪਲ ਕਹਿੰਦੇ ਸੀ ਫਿਰ ਲੋਕ ਸਭਾ ਯਾਨੀ ਕਿ ਇਹਨੂੰ ਕਹਿਣ ਲੱਗ ਗਏ, ਕਦੋਂ ਉਹ ਕਹਿਣ ਲੱਗੇ ਆ, ਤਾਂ ਇਹਦਾ ਜਿਹੜਾ ਆਨਸਰ ਆਊਗਾ ਉਹ 1954 ਆਨਸਰ ਆਜੂਗਾ ਯਾਨੀ ਕਿ ਪਹਿਲਾ ਆਪਸ਼ਨ। ਇਸ ਤੋਂ ਬਾਅਦ ਆ ਗਏ ਪਾਰਲੀਮੈਂਟ ਅਪੁਆਇੰਟਸ ਕਮੇਟੀ ਫੋਰ ਸਪੈਸੀਫਿਕ ਪਰਪਜ਼, ਤਾਂ ਉਹਨੂੰ ਆਪਾਂ ਕੀ ਕਹਾਂਗੇ, ਅਡਹੋਕ ਕਮੇਟੀ ਯਾਨੀ ਕਿ ਠੇਕੇ 'ਤੇ ਆਪਾਂ ਜਿਵੇਂ ਜੋਬ ਵੀ ਨਿਕਲ ਜਾਓ ਉਹਨੂੰ ਵੀ ਆਪਾਂ ਅਡਹੋਕ ਕਹਿੰਦੇ ਹਾਂ, ਯਾਨੀ ਕਿ ਟੈਂਪਰਰੀ ਹੋ ਗਏ ਇੱਕ ਤਰ੍ਹਾਂ ਦੀ। ਮਨੀ ਕੈਨ ਬੀ ਸਪੈਂਡ ਆਊਟ ਆਫ ਦਾ ਕੰਸੋਲੀਡੇਟਡ ਫੰਡ, ਸਪੈਂਡ ਕਰ ਸਕਦੇ ਹਾਂ ਕਿਹਦੀ ਅਪਰੂਵਲ ਦੇ ਨਾਲ, ਤਾਂ ਮਨੀ ਆਪਾਂ ਸਪੈਂਡ ਕਰ ਸਕਦੇ ਹਾਂ ਕਿਹਦੀ ਅਪਰੂਵਲ ਦੇ ਨਾਲ, ਤਾਂ ਇਹਦਾ ਜਿਹੜਾ ਆਨਸਰ ਆਜੂਗਾ ਉਹ ਆਜੂਗਾ ਪ੍ਰੈਜੀਡੈਂਟ ਆਫ ਇੰਡੀਆ। ਇਸ ਤੋਂ ਬਾਅਦ ਆ ਗਿਆ ਮੈਂਬਰਸ ਆਫ ਦਾ ਰਾਜ ਸਭਾ ਆਰ ਇਲੈਕਟਡ ਫੋਰ ਦਾ ਟਰਮ ਆਫ, ਮੈਂਬਰਸ ਆਫ ਦਾ ਰਾਜ ਸਭਾ ਆਰ ਇਲੈਕਟਡ ਫੋਰ ਦਾ ਟਰਮ ਆਫ 6 ਸਾਲ। ਇਸ ਤੋਂ ਬਾਅਦ ਆ ਗਿਆ ਦਾ ਫਸਟ ਲੇਡੀ ਆਫ ਦਾ ਇੰਡੀਅਨ ਸਕਰੀਨ, ਮੰਨ ਲਓ ਕੋਈ ਵੀ ਕੁਸ਼ਚਨ ਦੇ ਵਿੱਚ ਡਾਊਟ ਹੁੰਦਾ ਜਾਂ ਤੁਹਾਨੂੰ ਲੱਗਦਾ ਕਿ ਮੈਂ ਆਨਸਰ ਗਲਤ ਦੱਸ ਗਿਆ, ਕੋਈ ਚੱਕਰ ਨਹੀਂ, ਕਈ ਵਾਰੀ ਕਾਹਲੀ ਕਾਹਲੀ ਦੇ ਵਿੱਚ ਗਲਤ ਦੱਸ ਜਾਂਦਾ ਕਿਉਂਕਿ 100 ਕੁਸ਼ਚਨ ਹੈ, ਠੀਕ ਹੈ। ਜੇਕਰ ਮੰਨ ਲਓ ਗਲਤ ਲੱਗਦਾ ਤੁਹਾਨੂੰ ਜਾਂ ਤੁਹਾਨੂੰ ਲੱਗਦਾ ਕਿ ਹਾਂ ਮੈਨੂੰ ਡਾਊਟ ਆ, ਤਾਂ ਕਮੈਂਟ ਵੀ ਕਰ ਸਕਦੇ ਹੋ, ਠੀਕ ਹੈ, ਅਤੇ ਨਹੀਂ ਮੈਨੂੰ ਮੈਸੇਜ ਵੀ ਕਰ ਸਕਦੇ, ਫੇਸਬੁੱਕ 'ਤੇ ਮੈਸੇਜ ਕਰ ਸਕਦੇ ਹੋ, ਵੈਬਸਾਈਟ 'ਤੇ ਮੈਸੇਜ ਕਰ ਦਿਓ, ਉੱਥੇ ਵੀ ਚੈਟ ਵਾਲਾ ਫੋਰਮ ਬਣਿਆ ਹੋਇਆ, ਆਰਾਮ ਨਾਲ ਮੈਸੇਜ ਕਰੋ। ਦਾ ਫਸਟ ਲੇਡੀ ਆਫ ਦ ਇੰਡੀਅਨ ਸਕਰੀਨ, ਫਿਲਮ ਯਾਨੀ ਕਿ ਜਗਤ ਦੇ ਵਿੱਚੋਂ ਪਹਿਲੀ ਰਾਜ ਸਭਾ ਦੇ ਵਿੱਚ ਨੋਮੀਨੇਟ ਕਿਹੜੇ ਕੀਤੇ ਗਏ ਸੀਗੇ, ਤਾਂ ਨਰਗਿਸ ਦੱਤ ਕੀਤੇ ਗਏ ਸੀ, ਕਿਹੜੀ ਕਿਹੜੇ ਪ੍ਰੈਜੀਡੈਂਟ ਸੀ ਉਸ ਟਾਈਮ 'ਤੇ, ਨੀਲਮ ਰੈਡੀ, ਇਹ ਵੀ ਤੁਸੀਂ ਯਾਦ ਰੱਖ ਲੈਣਾ। ਇਸ ਤੋਂ ਬਾਅਦ ਆ ਗਿਆ ਇਨ ਕੇਸ, ਕਹਿੰਦਾ ਜੇਕਰ ਆਫਿਸਿਸ ਆਫ ਦਾ ਬੋਥ ਸਪੀਕਰ ਐਂਡ ਦਾ ਡਿਪਟੀ ਸਪੀਕਰ ਆਫ ਦਾ ਲੋਕ ਸਭਾ ਜੇਕਰ ਵੇਕੈਂਟ ਹੋਣ, ਤਾਂ ਉਸ ਤੋਂ ਬਾਅਦ ਮੀਟਿੰਗਸ ਨੂੰ ਪ੍ਰੋਸੀਡ ਕੌਣ ਕਰੂਗਾ, ਪ੍ਰਸਾਈਡ ਕੌਣ ਕਰੂਗਾ, ਤਾਂ ਉਹ ਕਰੂਗਾ ਜਿਹੜਾ ਪਹਿਲਾ ਮੈਂਬਰ ਬਣਿਆ ਹੋਊਗਾ, ਫਸਟ ਮੈਂਬਰ ਆਫ ਦਾ ਪੈਨਲ, ਚੇਅਰਪਰਸਨ ਅਪਰੂਵਡ ਬਾਏ ਦਾ ਹਾਊਸ। ਇਸ ਤੋਂ ਬਾਅਦ ਆ ਗਿਆ ਮੈਕਸੀਮਮ ਏਜ ਆਫ ਦਾ ਸੁਪਰੈਨੂਏਸ਼ਨ, ਇਹਨਾਂ ਦੇ ਰਿਟਾਇਰਮੈਂਟ ਆ ਜੱਜਿਸ ਆਫ ਦਾ ਸੁਪਰੀਮ ਕੋਰਟ ਆਫ ਇੰਡੀਆ ਯਾਨੀ ਕਿ ਕਦੋਂ ਹੁੰਦੀ ਆ, ਤਾਂ ਇਹਦਾ ਜਿਹੜਾ ਆਨਸਰ ਆਜੂਗਾ ਉਹ ਆਜੂਗਾ 65 ਸਾਲ। ਇਸ ਤੋਂ ਬਾਅਦ ਆ ਗਿਆ ਜੀ ਕੌਂਸਲ ਆਫ ਮਿਨਿਸਟਰਸ ਡਜ਼ ਨੋਟ ਇਨਕਲੂਡ, ਕੌਂਸਲ ਆਫ ਮਿਨਿਸਟਰਸ ਡਜ਼ ਨੋਟ ਇਨਕਲੂਡ ਕੈਬਨਿਟ ਮਿਨਿਸਟਰਸ ਹੋਣਗੇ, ਮਿਨਿਸਟਰਸ ਆਫ ਸਟੇਟ ਹੋ ਗਿਆ, ਕੈਬਨਿਟ ਸੈਕਟਰੀ ਦਾ ਆਨਸਰ ਆਜੂਗਾ 3rd ਆਪਸ਼ਨ। ਇਸ ਤੋਂ ਬਾਅਦ ਆ ਗਿਆ ਹੂ ਹੈਲਡ ਦਾ ਆਫਿਸ ਵਾਈਸ ਪ੍ਰੈਜੀਡੈਂਟ ਆਫ ਇੰਡੀਆ ਫੋਰ 2 ਕੰਜੀਕੁਏਟਿਵ, ਤਾਂ ਪ੍ਰੈਜੀਡੈਂਟ ਦੀ ਗੱਲ ਆਪਣੀ ਹੋਈ ਸੀ ਤਾਂ ਡਾਕਟਰ ਰਜਿੰਦਰ ਪ੍ਰਸਾਦ ਸੀ, ਵਾਈਸ ਪ੍ਰੈਜੀਡੈਂਟ ਦੀ ਗੱਲ ਹੋਊਗੀ ਤਾਂ ਸਰਵਪੱਲੀ ਰਾਧਾਕ੍ਰਿਸ਼ਨਨ। ਪ੍ਰੈਜੀਡੈਂਸ਼ੀਅਲ ਆਰਡੀਨੈਂਸ ਕੈਨ ਰਿਮੇਨ ਇਨ ਫੋਰਸ 6 ਮੰਥ, ਬਹੁਤ ਸੌਖਾ। ਇਸ ਤੋਂ ਬਾਅਦ ਆ ਗਿਆ ਵਟ ਇਜ਼ ਦਾ ਟੈਨਿਓਰ ਆਫ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ, ਠੀਕ ਹੈ, ਤਾਂ ਟਾਈਮ ਪੀਰੀਅਡ ਕਿੰਨਾ ਹੋਊਗਾ ਪ੍ਰਾਈਮ ਮਿਨਿਸਟਰ ਦਾ, ਤਾਂ ਉਦੋਂ ਤੱਕ ਜਦੋਂ ਤੱਕ ਇਹਨਾਂ ਦੀ ਮੈਜੋਰਿਟੀ ਬਣੀ ਰਹੂਗੀ ਲੋਕ ਸਭਾ ਦੇ ਵਿੱਚ, ਐਜ਼ ਲੌਂਗ ਐਜ਼ ਹੀ ਇੰਜੋਇਜ਼ ਦਾ ਸਪੋਰਟ, ਇੱਥੇ ਸਪੋਰਟ ਆਊਗਾ, ਸਪੋਰਟ ਆਫ ਦਾ ਮੈਜੋਰਿਟੀ ਇਨ ਦਾ ਲੋਕ ਸਭਾ। ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਇਜ਼, ਪ੍ਰਾਈਮ ਮਿਨਿਸਟਰ ਜਿਹੜਾ ਉਹ ਕੀਤਾ ਜਾਂਦਾ ਗਾ ਆਪਾਂ ਅਪੁਆਇੰਟ ਕਰਦੇ ਹਾਂ, ਯਾਨੀ ਕਿ ਆਪਾਂ ਨਹੀਂ ਯਾਨੀ ਕਿ ਅਪੁਆਇੰਟ ਕੀਤਾ ਜਾਂਦਾ, ਜਿਹੜੀ ਮੈਜੋਰਿਟੀ ਦੇ ਵਿੱਚ ਆ ਜਾਂਦੀ ਸਰਕਾਰ, ਆਪਾਂ ਤਾਂ ਸਿਰਫ ਜਿਹੜੇ ਮਿਨਿਸਟਰ ਉਹਨਾਂ ਨੂੰ ਇਲੈਕਟ ਕਰਦੇ ਹਾਂ। ਇਸ ਤੋਂ ਬਾਅਦ ਆ ਗਿਆ ਦਾ ਵਿਨਿੰਗ ਕੈਂਡੀਡੇਟ ਇਨ ਦਾ ਇਲੈਕਸ਼ਨ ਆਫ ਪ੍ਰੈਜੀਡੈਂਟ ਆਫ ਇੰਡੀਆ ਸ਼ੋਅ ਦਾ ਸਕਿਓਰ, ਕਿੰਨੀ ਉਹ ਜਿਹੜੀ ਹੁੰਦੀ ਹੈਗੀ ਮੋਰ ਦੈਨ 50% ਅਤੇ ਮੈਜੋਰਿਟੀ ਟੋਟਲ ਵੋਟ ਜਿੰਨੀਆਂ ਪੋਲ ਹੋਈਆਂ ਗਿਆ। ਇਸ ਤੋਂ ਬਾਅਦ ਆ ਗਿਆ ਹਾਈਐਸਟ ਲਾਅ ਆਫਿਸਰ ਆਫ ਦਾ ਸਟੇਟ ਪੁੱਛਿਆ ਗਿਆ, ਤਾਂ ਅਟੋਰਨੀ ਜਨਰਲ ਨਹੀਂ, ਐਡਵੋਕੇਟ ਜਨਰਲ ਆਊਗਾ, ਅਟੋਰਨੀ ਜਨਰਲ ਇੰਡੀਆ।
ਕਿੰਨੀ ਉਮਰ ਹੋਣੀ ਚਾਹੀਦੀ ਤਾਂ 35 ਸਾਲ ਦੀ ਉਮਰ ਹੋਣੀ ਚਾਹੀਦੀ ਤੁਹਾਨੂੰ ਮੈਂ ਦੱਸਿਆ ਸੀਗਾ ਸੈਕਿੰਡ ਆਪਸ਼ਨ ਹੈ ਤਾਂ ਰਾਈਟ ਬਣੂਗਾ ਠੀਕ ਹੈ ਰਾਜ ਸਭਾ ਦੇ ਵਿੱਚ 30 ਹੈ 25 ਸਾਲ ਹੋ ਗਈ ਤੁਹਾਡੀ ਲੋਕ ਸਭਾ ਦੀ ਇਸ ਤੋਂ ਬਾਅਦ ਆ ਗਿਆ ਦਾ ਮੇਨ ਪਰਪਜ਼ ਆਫ ਦ ਇਨਕਲੂਡਿੰਗ ਡਾਇਰੈਕਟਰ ਪ੍ਰਿੰਸੀਪਲ ਬੇਸਿਕਲੀ ਇਹਦਾ ਕੀ ਸੀਗਾ ਅਸਟੈਬਲਿਸ਼ਡ ਵੈਲਫੇਅਰ ਸਟੇਟ ਇਹ ਜਿਹੜਾ ਮੇਨ ਪਰਪਜ਼ ਸੀਗਾ ਡੀ ਪੀ ਐਸ ਪੀ ਤੁਹਾਨੂੰ ਦੱਸਿਆ ਮੈਂ ਇਸ ਤੋਂ ਬਾਅਦ ਆ ਗਿਆ ਐਜ਼ ਪਰ ਦ ਇੰਡੀਅਨ ਕੋਨਸਟੀਟਿਊਸ਼ਨ ਰਾਈਟ ਟੂ ਪ੍ਰੋਪਰਟੀ ਹੁਣ ਕੀ ਬਣ ਗਈ ਉਹ ਲੀਗਲ ਰਾਈਟ ਬਣ ਗਈ ਕਿਉਂਕਿ ਪਹਿਲਾਂ ਇਹ ਫੰਡਾਮੈਂਟਲ ਰਾਈਟ ਹੁੰਦੀ ਸੀ ਬਟ ਹੁਣ ਰਿਮੂਵ ਕਰਕੇ ਲੀਗਲ ਰਾਈਟ ਬਣਾ ਦਿੱਤਾ ਕਿਹੜੇ ਆਰਟੀਕਲ 300A ਦੇ ਵਿੱਚ ਇਸ ਤੋਂ ਬਾਅਦ ਆ ਗਿਆ ਆਰਟੀਕਲ 1 ਆਫ ਦ ਇੰਡੀਅਨ ਕੋਨਸਟੀਟਿਊਸ਼ਨ ਡਿਕਲੇਅਰਸ ਇੰਡੀਆ ਐਜ਼ ਅ ਯੂਨੀਅਨ ਆਫ ਸਟੇਟਸ ਆਰਟੀਕਲ 1 ਆਪਣਾ ਕਹਿੰਦਾ ਗਾ ਹਾਓ ਮੈਨੀ ਸ਼ਡਿਊਲਸ ਕਿੰਨੇ ਆਪਣੇ ਇੰਡੀਅਨ ਕੋਨਸਟੀਟਿਊਸ਼ਨ ਦੇ ਵਿੱਚ ਸ਼ਡਿਊਲ ਆ 12 ਓਰੀਜਨਲ 8 ਸੀਗੇ ਇਸ ਤੋਂ ਬਾਅਦ ਆ ਗਿਆ ਦਾ ਆਈਟਮ ਐਜੂਕੇਸ਼ਨ ਬਿਲੋਂਗਸ ਟੂ ਤਾਂ ਕਿਹੜੀ ਇਹ ਲਿਸਟ ਦੇ ਵਿੱਚ ਆਊਗਾ ਕੰਕਰੈਂਟ ਲਿਸਟ ਦੇ ਵਿੱਚ ਆਊਗਾ ਤੁਹਾਨੂੰ ਪਤਾ ਇਸ ਤੋਂ ਬਾਅਦ ਰੈਜੀਡਰੀ ਪਾਵਰਸ ਬੇਸਿਕਲੀ ਕੀ ਹੁੰਦੀਆਂ ਮੈਂ ਤੁਹਾਨੂੰ ਦੱਸਿਆ ਕਿ ਉਹ ਪਾਵਰਸ ਆ ਜਿਹੜੀਆਂ ਕਿਸੇ ਵੀ ਲਿਸਟ ਦੇ ਵਿੱਚ ਮੈਂਸ਼ਨ ਨਹੀਂ ਹੈਗੀਆਂ ਅਤੇ ਇਹਨਾਂ ਦੀ ਜਿਹੜੀ ਪਾਵਰ ਆ ਉਹ ਕਿੰਨਾ ਕੋਲ ਯੂਨੀਅਨ ਗਵਰਨਮੈਂਟ ਕੋਲ ਆ ਜਾਂਦੀ ਆ ਸੱਤਿਆਮੇਵ ਜਯਤੇ ਜਿਹੜਾ ਇਹ ਕਿੱਥੋਂ ਕੀਤਾ ਟੇਕਣ ਫਰੋਮ ਕਿੱਥੋਂ ਲਿਆ ਗਿਆ ਮੂੰਡਕਾ ਉਪਨਿਸ਼ਦ ਤੋਂ ਲਿਆ ਗਿਆ ਬਹੁਤ ਇੰਪੋਰਟੈਂਟ ਕੁਸ਼ਚਨ ਆ ਵਿਚ ਆਫ ਦ ਫੋਲੋਇੰਗ ਐਕਸਪ੍ਰੈਸ਼ਨਸ ਡਜ਼ ਨੋਟ ਫਿਗਰ ਇਨ ਦ ਪ੍ਰੀਐਂਬਲ ਆਫ ਦ ਇੰਡੀਅਨ ਕੋਨਸਟੀਟਿਊਸ਼ਨ ਸੈਕੂਲਰ ਹੈਗਾ ਸੋਸ਼ਲਿਸਟ ਹੈਗਾ ਡੈਮੋਕ੍ਰੈਟਿਕ ਹੈਗਾ ਫੈਡਰਲ ਨਹੀਂ ਹੈਗਾ ਸੋ ਥਰਡ ਆਪਸ਼ਨ ਇਹਦਾ ਰਾਈਟ ਬਣਦਾ ਗਾ ਇਸ ਤੋਂ ਬਾਅਦ ਹੈਗਾ ਵਿਚ ਆਫ ਦ ਫੋਲੋਇੰਗ ਫੀਚਰ ਆਫ ਦ ਇੰਡੀਅਨ ਕੋਨਸਟੀਟਿਊਸ਼ਨ ਵਾਜ ਬੋਰਡ ਫਰੋਮ USA USA ਤੋਂ ਕਿਹੜਾ ਲਿਆ ਗਿਆ USA ਤੋਂ ਲਿਆ ਗਿਆ ਫੰਡਾਮੈਂਟਲ ਰਾਈਟ ਸੈਕੰਡ ਯਾਨੀ ਕਿ ਇਹਦਾ ਜਿਹੜਾ ਆਨਸਰ ਆ ਜੂਗਾ ਫੰਡਾਮੈਂਟਲ ਰਾਈਟ ਆ ਆਪਸ਼ਨ ਹੀ ਗਲਤ ਦਿੱਤਾ ਹੋਇਆ ਠੀਕ ਹੈ ਫੰਡਾਮੈਂਟਲ ਡਿਊਟੀ ਲਿਖਣਾ ਹੋਊਗਾ ਇੱਥੇ ਤਾਂ ਫੰਡਾਮੈਂਟਲ ਰਾਈਟ ਆਨਸਰ ਆ ਜੂਗਾ ਇਸ ਤੋਂ ਬਾਅਦ ਆ ਗਿਆ ਅਕੋਰਡਿੰਗ ਟੂ ਦ ਪ੍ਰੀਐਂਬਲ ਅਲਟੀਮੇਟ ਪਾਵਰ ਕਿੰਨਾ ਕੋਲ ਹੁੰਦੀ ਆ ਲੋਕਾਂ ਕੋਲ ਹੁੰਦੀ ਆ ਆਪਾਂ ਲੋਕ ਪੀਪਲ ਯਾਨੀ ਕਿ ਦ ਡਰਾਫਟਿੰਗ ਕਮੇਟੀ ਜਿਹੜੀ ਹੋਈ ਆ ਆਫ ਦ ਇੰਡੀਅਨ ਕੋਨਸਟੀਟਿਊਸ਼ਨ ਵਾਜ਼ ਕੰਪਲੀਟਡ ਇਹ ਕਦੋਂ ਹੋਇਆ 26 ਨਵੰਬਰ 1949 ਦੇ ਵਿੱਚ ਹੋਇਆ ਯਾਨੀ ਕਿ ਥਰਡ ਆਪਸ਼ਨ ਇਹਦਾ ਰਾਈਟ ਬਣੂਗਾ ਯਾਨੀ ਕਿ ਜਿਹੜੀ 26 ਨਵੰਬਰ ਹੈ ਇਹ 26 ਜਨਵਰੀ ਨੂੰ ਆਪਾਂ ਕਹਿੰਦੇ ਹਾਂ ਵੀ ਆਪਣਾ ਜਿਹੜਾ ਉਹ ਅਪਰੂਵ ਹੋ ਗਿਆ ਸੀਗਾ ਯਾਨੀ ਕਿ ਅਡੋਪਟ ਕੀਤਾ ਗਿਆ 26 ਜਨਵਰੀ ਤਾਂ ਕੀਤਾ ਗਿਆ ਕਿਉਂਕਿ 26 ਜਨਵਰੀ 1930 ਨੂੰ ਆਪਾਂ ਪੂਰਨ ਸਵਰਾਜ ਦੀ ਜਿਹੜੀ ਪੂਰਨ ਸਵਰਾਜ ਮਿਣ ਕੇ ਮਨਾਇਆ ਸੀਗਾ ਇਸੇ ਕਰਕੇ ਉਸ ਡੇਟ ਨੂੰ ਲਿਆ ਗਿਆ ਚਲੋ ਖੈਰ 26 ਨਵੰਬਰ ਨੂੰ ਵੈਸੇ ਬਣ ਗਿਆ ਸੀ ਤਾਂ ਕੁਸ਼ਚਨ ਤੁਹਾਡੇ ਵਾਸਤੇ ਇਹ ਲਾਸਟ ਕੁਸ਼ਚਨ ਆ 100 ਦੇਖੋ 101 ਸਲਾਈਡ ਦੇ ਵਿੱਚ ਆ ਤਾਂ ਹੂ ਵਾਜ਼ ਦਾ ਟੈਂਪੋਰੇਰੀ ਚੇਅਰਮੈਨ ਆਫ ਦ ਕੋਨਸਟੀਟਿਊਸ਼ਨ ਆਫ ਅਸੈਂਬਲੀ ਠੀਕ ਹੈ ਤਾਂ ਇਹਦਾ ਦੱਸਣਾ ਟੈਂਪੋਰੇਰੀ ਚੇਅਰਮੈਨ ਕੌਣ ਸੀਗਾ ਤਾਂ ਜੇਕਰ ਨਨ ਆਫ ਦੀਜ਼ ਆਨਸਰ ਆ ਤਾਂ ਫਿਰ ਕੌਣ ਸੀਗਾ ਤੁਸੀਂ ਆਨਸਰ ਇਹਦਾ ਦੱਸਣਾ ਗਾ ਬਾਕੀ ਬਹੁਤ ਵਧੀਆ ਸੁਪਰ ਫਾਸਟ ਇਹ 100 ਕੁਸ਼ਚਨ ਇਸੇ ਤਰੀਕੇ ਦੇ ਨਾਲ ਆਪਾਂ ਬਹੁਤ ਕੁਸ਼ਚਨ ਕਰਾਂਗੇ 1000 ਦੇ 1000 ਕੁਸ਼ਚਨ ਤੁਹਾਨੂੰ ਮੈਂ ਕਰਾ ਦੂੰਗਾ ਬਹੁਤ ਵਧੀਆ ਕੁਸ਼ਚਨ ਕਰਵਾਊਂਗਾ ਅਤੇ ਇਸੇ ਤਰੀਕੇ ਨਾਲ ਤੁਸੀਂ ਰਿਵਾਈਜ਼ ਕਰਦੇ ਰਹੋ ਜੇਕਰ ਥਿਊਰੀ ਪੜ੍ਹੀ ਹੋਊਗੀ ਉਹਨਾਂ ਵਾਸਤੇ ਹੀ ਬੈਨੀਫਿਟ ਰਹੂਗਾ ਅਤੇ ਮੇਰੇ ਹਿਸਾਬ ਨਾਲ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਗਾ ਵਧੀਆ ਲੱਗਿਆ ਤਾਂ ਲਾਈਕ ਦਾ ਬਟਨ ਜ਼ਰੂਰ ਦਬਣਾ ਅਤੇ ਬਾਕੀ ਰੇਸ ਅਕੈਡਮੀ ਫਿਸ਼ਨ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਆਪਾਂ ਹੋਰ ਨਵੇਂ ਵੀਡੀਓ ਨਾਲ ਮਿਲਦੇ ਰਹਾਂਗੇ ਥੈਂਕ ਯੂ ਵੈਰੀ ਮੱਚ